ਹਾਂ ਬਈ, ਤੁਹਾਡੇ ਅੱਗੇ ਕਬੀਰ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ। ਗੌਰ ਨਾਲ ਸੁਣਨ ਵਾਲਾ ਹੈ, ਸਮਝਣ ਵਾਲਾ ਹੈ। ਮਿਸ਼ਰੀ ਨੂੰ ਕਿਸੇ ਪਾਸਿਓਂ ਵੀ ਖਾਈਏ ਉਹ ਮਿੱਠੀ ਹੁੰਦੀ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਕਿਸੇ ਵੀ ਯੁੱਗ ਅੰਦਰ ਆਏ, ਕਿਸੇ ਸਮਾਜ ਅੰਦਰ ਆਏ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਰਿਹਾ, ਇੱਕੋ ਹੀ ਸੰਦੇਸ਼ ਰਿਹਾ। ਉਹ ਉਹਨਾਂ ਦਾ ਉਪਦੇਸ਼ ਸੀਗਾ ਕਿ ਪਰਮਾਤਮਾ ਇੱਕ ਹੈ। ਪਰਮਾਤਮਾ ਦੇ ਮਿਲਣ ਦਾ ਜੋ ਤਰੀਕਾ ਜਾਂ ਸਾਧਨ ਹੈ ਜਾਂ ਰਸਤਾ ਹੈ, ਉਹ ਵੀ ਇੱਕ ਹੈ। ਮੈਂ ਰਾਤੀ ਵੀ ਸਤਸੰਗ 'ਚ ਦੱਸਿਆ ਸੀ ਕਿ ਸੰਤ ਮਹਾਤਮਾ ਆਪਦੀ ਮਰਜ਼ੀ ਨਾਲ ਸੰਸਾਰ ਵਿੱਚ ਨਹੀਂ ਆਉਂਦੇ ਗੇ, ਉਹ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਵਿੱਚ ਆਉਂਦੇ ਹੈ। ਨਾ ਉਹ ਆਪਣੀ ਮਰਜ਼ੀ ਨਾਲ ਕੋਈ ਪ੍ਰਚਾਰ ਕਰਦੇ ਹੈ, ਨਾ ਆਪਣੀ ਮਰਜ਼ੀ ਨਾਲ ਉਹ ਨਾਮਦਾਨ ਹੀ ਦਿੰਦੇ ਹੈ। ਜਿਨ੍ਹਾਂ ਆਤਮਾ ਨੂੰ ਪਰਮਾਤਮਾ ਭੇਜਦਾ ਉਹਨਾਂ ਦੇ ਪਾਸ, ਜਾਂ ਜਿਨ੍ਹਾਂ ਦਾ ਤਰੋ ਕਰਮ ਬਣ ਜਾਂਦਾ ਹੈ, ਉਹਨਾਂ ਵਾਸਤੇ ਉਹਨਾਂ 'ਤੇ ਜ਼ਿੰਮੇਵਾਰੀ ਆਉਂਦੀ ਹੈ ਕਿ ਉਹਨਾਂ ਨੂੰ ਨਾਮ ਦੇ ਰਸਤੇ 'ਤੇ ਪਾਉਣਾ। ਇਹ ਅੱਗੇ ਉਸ ਮਾਲਕ ਦਾ ਹੀ ਸਭ ਇੰਤਜ਼ਾਮ ਹੈ, ਹਿਸਾਬ ਕਿਤਾਬ ਹੈ, ਜੋ ਉਹਨੇ ਨਿਜਮ ਬਣਾਏ ਆ ਕੁਦਰਤ ਨੇ ਕਿ ਕਦ ਕਿਸ ਜੀਵ ਨੂੰ ਨਾਮ ਮਿਲਣਾ ਹੈ, ਕਿਸ ਜਾਮੇ 'ਚ ਮਿਲਣਾ ਹੈ, ਜਾਂ ਇਸ ਨੂੰ ਫਿਰ ਦੁਨੀਆਂ ਵਿੱਚ ਚੱਕਰ ਲਵਾਉਣੇ ਹੈ। ਇਹ ਸਭ ਕੁਛ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ, ਔਰ ਨਾ ਮਹਾਤਮਾ ਵਾਸਤੇ ਕੋਈ ਦੂਰ ਨੇੜੇ ਦਾ ਫਰਕ ਪੈਂਦਾ ਹੈ। ਇਹ ਹੁਣ ਉਹਨਾਂ ਦਾ ਹੀ ਫੈਸਲਾ ਹੁੰਦਾ ਹੈ ਕਿ ਅਸੀਂ ਖੁਦ ਭੇਜਣਾ ਜਾਣਾ ਇਹਦੇ ਕੋਲ, ਜਾਂ ਕਿਸੇ ਸਤਸੰਗੀ ਨੂੰ ਦੱਸ ਪਾਉਣ ਦਾ ਜ਼ਰੀਆ ਬਣਾਉਣਾ ਹੈ, ਜਾਂ ਕਿਸੇ ਸਤਸੰਗੀ ਤੋਂ ਪੜਦੇ ਦੇ ਪਿੱਛੇ ਉਹ ਕੰਮ ਲੈਂਦੇ ਹੈ ਕਿ ਤੂੰ ਬਈ ਫਲਾਨੀ ਆਤਮਾ ਨੂੰ ਪ੍ਰੇਰਨਾ ਹੈ ਨਾਮਦਾਨ ਵਾਸਤੇ। ਇਹ ਸਾਰਾ ਕੁਛ ਹੀ ਅਸੀਂ ਸਤਸੰਗੀ ਲੋਕ ਦੇਖਦੇ ਹਾਂ, ਜਾਂ ਸਾਡੇ ਨਾਲ ਜੋ ਘਟਨਾ ਘਟਦੀਆਂ ਹਨ ਉਹ ਸਾਰਾ ਕੁਛ ਹੀ ਅਸੀਂ ਦੇਖਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਆਪਣ ਲਈ ਹੈ ਜੇ ਮਿਲੇ ਵਿਛੜਨ ਕੋ ਰੋਵਨ, ਕਿ ਹੇ ਪਰਮਾਤਮਾ ਜੇ ਸਾਡੇ ਆਪਣੇ ਹੀ ਅਖਤਿਆਰ ਹੁੰਦਾ ਤੇਰੇ ਨਾਲ ਮਿਲਾਪ ਕਰ ਲੈਣਾ, ਤੋ ਅਸੀਂ ਤੇਥੋਂ ਵਿਛੜ ਕੇ ਚਾਰ ਕੂਟਾ ਦਹਿ ਦਿਸਾਂ ਭਰਮਦੇ ਫਿਰੇ ਹੈ, ਕਦੇ ਉੱਚਿਆਂ ਜਾ ਮੈਚ ਕਦੇ ਨੀਵਿਆਂ ਦੇ ਵਿੱਚ, ਇਹਦਾ ਤਾਂ ਕਿਰਪਾ ਕੀਤੀ। ਜੀਵ ਅੰਧਾ ਹੈ, ਉਹ ਪਰਮਾਤਮਾ ਸਤਿਗੁਰੂ ਸੁਜਾਖਾ ਹੈ, ਉਹ ਜਿਹਨੂੰ ਚਾਹਵੇ ਉਹ ਆਪਣੀ ਉਂਗਲੀ ਅੰਨੇ ਨੂੰ ਆਵਾਜ਼ ਮਾਰ ਕੇ ਫੜਾ ਸਕਦਾ ਹੈ ਔਰ ਫੜਾਉਂਦਾ ਹੈ। ਐਸੇ ਮਹਾਤਮਾ ਨਾ ਤਾਂ ਪਹਿਲੀਆਂ ਬਣੀਆਂ ਸਮਾਜਾਂ ਨੂੰ ਤੋੜਨ ਆਉਂਦੇ ਹੈ, ਨਾ ਨਵੀਆਂ ਹੀ ਬਣਾਉਣ ਵਾਸਤੇ ਆਉਂਦੇ ਹੈ। ਉਹ ਤਾਂ ਸਾਨੂੰ ਆਪਸੀ ਪਿਆਰ ਸਿਖਾਉਣ ਵਾਸਤੇ ਆਉਂਦੇ ਹੈ, ਪਰਮਾਤਮਾ ਦੀ ਭਗਤੀ ਕਰਾਉਣ ਵਾਸਤੇ ਆਉਂਦੇ ਹੈ। ਇਹ ਤਾਂ ਅਸੀਂ ਲੋਕ ਹੀ ਹੈ। ਜਦ ਉਹ ਮਹਾਤਮਾ ਆਉਂਦੇ ਹੈ, ਹਰ ਸਮਾਜ ਦਾ ਆਦਮੀ ਉਹਨਾਂ ਦੇ ਪਾਸ ਜਾਂਦਾ ਹੈ, ਉੱਥੇ ਗਰੋਹ ਬਣ ਜਾਂਦਾ ਹੈ। ਜਿੰਨਾ ਚਿਕਰ ਤਾਂ ਉੱਥੇ ਕਮਾਈ ਵਾਲੇ ਸੰਤ ਮਹਾਤਮਾ ਪੈਦਾ ਹੁੰਦੇ ਰਹਿੰਦੇ ਹੈ, ਪਿਆਸੀਆਂ ਆਤਮਾ ਦੀ ਪਿਆਸ ਬੁਝਦੀ ਰਹਿੰਦੀ ਹੈ, ਆਇਆਂ ਨੂੰ ਨਾਮ ਦਾ ਅੰਮ੍ਰਿਤ ਮਿਲਦਾ ਰਹਿੰਦਾ ਹੈ। ਲੇਕਿਨ ਜਦ ਕਮਾਈ ਵਾਲੇ ਉੱਥੋਂ ਮਹਾਤਮਾ ਚਲੇ ਜਾਂਦੇ ਹੈ,
ਔਰ ਫਿਰ ਕੀ ਹੈ ਕਿ ਉਹਨਾਂ ਦੇ ਅਨਿਆਈ ਫਿਰ ਉਸ ਨੂੰ ਉਸ ਗਰੋਹ ਨੂੰ ਕੋਈ ਨਾਮ ਦੇ ਦਿੰਦੇ ਹੈ ਜਿੱਥੋਂ ਸਮਾਜ ਬਣਦੇ ਹੈ। ਅਸੀਂ ਸਮਾਜਾਂ ਦੀ ਬੁਨਿਆਦ ਪੜ੍ਹ ਸਕਦੇ ਹਾਂ ਅੱਜ ਤੋਂ 125 ਸਾਲ ਪਹਿਲਾਂ ਕੋਈ ਸਿੱਖਾਂ ਦਾ ਨਾਮ ਨਿਸ਼ਾਨ ਤੱਕ ਨਹੀਂ ਸੀ। ਗੁਰੂ ਨਾਨਕ ਆਏ, ਜਿੰਨਾ ਚਿਕਰ ਉਹ 10 ਗੁਰੂ ਇਸ ਸੰਸਾਰ ਵਿੱਚ ਰਹੇ ਉਹਨਾਂ ਚਿਕਰ ਕੋਈ ਕਿਸੇ ਸਮਾਜ ਦਾ ਨਾਮ ਨਹੀਂ ਪਿਆ ਸੀਗਾ। ਉਹਨਾਂ ਤੋਂ ਹਿੰਦੂ ਵੀ ਫਾਇਦਾ ਉਠਾਉਂਦੇ ਰਹੇ, ਮੁਸਲਮਾਨ ਵੀ, ਈਸਾਈ ਵੀ, ਜੋ ਵੀ ਗਿਆ ਉਹਨਾਂ ਕੋਲ ਉਸੇ ਨੂੰ ਉਹ ਨਾਮ ਨਾਲ ਸ਼ਬਦ ਦੇ ਨਾਲ ਜੋੜਦੇ ਰਹੇ। ਜਿੱਥੇ ਉਹ ਮੰਦਰਾਂ ਵਿੱਚ ਗਏ ਉੱਥੇ ਮਸੀਤਾਂ ਅੰਦਰ ਵੀ ਗਏ। ਬਲਕਿ ਗੁਰੂ ਗੋਬਿੰਦ ਸਿੰਘ ਤਾਂ ਆਪਦੀ ਬਾਣੀ ਵਿੱਚ ਲਿਖਦੇ ਹੈ, ਦਿਉਰਾ ਔ ਮਸੀਤ ਹੋਈ। ਉਹ ਕਹਿੰਦੇ ਦਿਉਰੇ ਔਰ ਮਸੀਤ ਦੇ ਅੰਦਰ ਕੀ ਫਰਕ ਹੈ ਬਈ, ਇਹ ਜਗ੍ਹਾ ਤਾਂ ਪਰਮਾਤਮਾ ਦੀ ਯਾਦ ਵਾਸਤੇ ਬਣਾਈਆਂ ਹੁੰਦੀਆਂ ਹਨ, ਲੇਕਿਨ ਫਿਰ ਅਸੀਂ ਜਦੋਂ ਮਜ਼ਹਬ ਦੀ ਸ਼ਕਲ ਦੇ ਦਿੰਦੇ ਹਾਂ, ਕੋਈ ਆਪਣੇ ਆਪ ਨੂੰ ਹਿੰਦੂ ਸਮਝਦਾ, ਕੋਈ ਮੁਸਲਮਾਨ ਸਮਝਦਾ ਹੈ, ਕੋਈ ਸਿੱਖ ਸਮਝਦਾ ਹੈ, ਕੋਈ ਈਸਾਈ ਸਮਝਦਾ ਹੈ, ਫਿਰ ਅਸੀਂ ਆਪੋ ਆਪਣੇ ਰੀਤੀ ਰਿਵਾਜ ਨੂੰ ਉੱਤਮ ਸਮਝਦੇ ਹਾਂ, ਦੂਸਰੇ ਨਾਲ ਅਸੀਂ ਘਿਰਨਾ ਪੈਦਾ ਕਰ ਲੈਂਦੇ ਹਾਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ, ਲੋਧੀ ਸੁਲਤਾਨਪੁਰ ਦੇ ਅੰਦਰ ਮੋਦੀਖਾਨੇ ਦਾ ਕੰਮ ਕਰਦੇ ਸੀਗੇ, ਜਦ ਮੌਕਾ ਆਇਆ ਸੰਸਾਰ ਦੇ ਵਿੱਚ ਉਹ ਪਰਮਾਤਮਾ ਦਾ ਸੰਦੇਸ਼ ਦੇਣ ਦਾ, ਉਹਨਾਂ ਨੇ ਉਹ ਕਾਰੋਬਾਰ ਛੱਡ ਕੇ ਇੱਕ ਦਿਨ ਸ਼ਮਸ਼ਾਨ ਭੂਮੀ 'ਚ ਕਬਰਾਂ ਵਿੱਚ ਜਾ ਕੇ ਬੈਠ ਗਏ। ਕੋਈ ਕਹੇ ਵੀ ਇਹ ਭੂਤਨਾ ਹੈ, ਕੋਈ ਬੇਤਾਲਾ ਕਹੇ, ਖੁਦ ਹੀ ਉਹਨਾਂ ਨੇ ਆਪਦੀ ਬਾਣੀ ਜ਼ਿਕਰ ਕਰਿਆ ਹੈ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਲੋਕਾਂ ਨੇ ਪੁੱਛਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਤੁਹਾਡਾ ਇੱਥੇ ਮੁਸਲਮਾਨਾਂ ਦਾ ਜ਼ੋਰ ਹੈ, ਜੇ ਮੈਂ ਹਿੰਦੂ ਕਹਿੰਦਾ ਤੁਸੀਂ ਮੈਨੂੰ ਮਾਰੋਗੇ, ਪਰ ਜਿਹੋ ਜਿਹਾ ਤੁਸੀਂ ਮੈਨੂੰ ਮੁਸਲਮਾਨ ਸਮਝਦੇ ਹੋ, ਮੈਂ ਉਹੋ ਜਿਹਾ ਮੁਸਲਮਾਨ ਵੀ ਨਹੀਂ। ਹਿੰਦੂ ਕਹੇ ਤਾਂ ਮਾਰੀਏ, ਮੁਸਲਮਾਨ ਵੀ ਨਾ ਹੈ, ਤੋ ਪੰਜ ਤੱਤ ਦਾ ਪੁਤਲਾ ਗਈਬੀ ਖੇਲੇ ਮਾਹੇ। ਜੋ ਸੁਲਤਾਨਪੁਰ ਲੋਧੀ ਦਾ ਮੌਲਵੀ ਸੀ, ਕਿਉਂਕਿ ਉੱਥੋਂ ਦਾ ਮਾਲਕ ਵੀ ਪਠਾਨ ਸੀ, ਉਹ ਕਹਿੰਦੇ ਜੇ ਤੂੰ ਮੁਸਲਮਾਨ ਹੈ ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹ ਲੈ। ਉਹ ਕਹਿੰਦੇ ਚੱਲੋ ਬਈ, ਜੇ ਤੁਸੀਂ ਨਮਾਜ਼ ਮੈਨੂੰ ਹੀ ਪੜ੍ਹਾ ਕੇ ਖੁਸ਼ ਹੋ ਤਾਂ ਚਲੋ। ਉੱਥੇ ਮਸੀਤੇ ਗਏ, ਸਾਰਿਆਂ ਨੇ ਹੀ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਜੀ ਖੜ੍ਹੇ ਰਹੇ, ਤੋ ਮੌਲਵੀ ਲੋਕ ਇਤਰਾਜ਼ ਉਠਾਉਣ ਲੱਗੇ, ਤੋ ਉਹ ਦੌਲਤ ਖਾਂ ਪਠਾਨ ਕਹਿਣ ਲੱਗਿਆ ਕਿ ਤੂੰ ਸਾਡੇ ਨਾਲ ਫਿਰ ਨਮਾਜ਼ ਨਾ ਪੜ੍ਹੀ ਜਦੋਂ ਮਸੀਤੇ ਆਇਆ ਹੈ। ਉਹ ਆਦਾ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਜਿਹੜੇ ਮੌਲਵੀ ਸਾਹਿਬ ਪੜ੍ਹਾਉਣ ਵਾਲੇ ਹੈ ਇਹਨਾਂ ਦੇ ਘਰ ਦੇ ਵਿੱਚ ਤਾਂ ਘੋੜੀ ਨੇ ਬੱਚਾ ਦੇਣਾ ਸੀਗਾ, ਇਹਦਾ ਤਾਂ ਖਿਆਲ ਉਹ ਬੱਚੇ 'ਚ ਹੈ, ਔਰ ਵੀ ਕਿਤੇ ਉਹ ਕੂਹੀ 'ਚ ਬੂਹੇ 'ਚ ਕੂਹੀ ਸੀਗੀ ਵੀ ਉਹ 'ਚ ਨਾ ਗਿਰ ਜਾਵੇ, ਔਰ ਤੂੰ ਉਦੋਂ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀਗਾ। ਉਹ ਬਾਦਸ਼ਾਹ ਵੀ ਮੰਨ ਗਿਆ ਵੀ ਹਾਂ, ਮੇਰਾ ਖਿਆਲ ਤਾਂ ਵਾਰ ਵਾਰ ਉੱਧਰ ਹੀ ਜਾਂਦਾ ਸੀਗਾ। ਤੋ ਮੌਲਵੀ ਕਹਿੰਦਾ ਹਾਂ, ਮੇਰੀ ਘਰੇ ਕੋ ਬਸ਼ੇਰੀ ਜਿਹੜੀ ਹੈ ਉਹ ਵਾਕਿਆ ਹੀ ਬੱਚਾ ਦੇਣ ਵਾਲੀ ਹੈ, ਮੇਰਾ ਖਿਆਲ ਵਾਰ ਵਾਰ ਉੱਧਰ ਜਾਂਦਾ ਸੀ। ਗੁਰੂ ਨਾਨਕ ਦਾ ਕਹਿਣ ਦਾ ਭਾਵ ਉਹਨਾਂ ਨੂੰ ਸਮਝਾਉਣ ਦਾ ਇਤਨਾ ਹੀ ਸੀਗਾ ਕਿ ਦੇਖੋ ਬਈ, ਤੁਸੀਂ ਜ਼ਮੀਨ 'ਤੇ ਤਾਂ ਮੱਥਾ ਮਾਰਦੇ ਹੋ,
ਤੋ ਧਿਆਨ ਤੁਹਾਡਾ ਹੋਰ ਪਾਸੇ ਹੈ। ਦੁਨੀਆਂ ਨੂੰ ਤਾਂ ਤੁਸੀਂ ਧੋਖਾ ਦੇ ਹੀ ਜਾਂਦੇ ਹੋ ਵੀ ਅਸੀਂ ਅੱਛੇ ਮੁਸਲਮਾਨ ਹੈ, ਨਮਾਜ਼ ਪੜ੍ਹਦੇ ਹਾਂ। ਤੋ ਉਹ ਜਿਹੜਾ ਪਰਮਾਤਮਾ ਤੁਹਾਡੇ ਅੰਦਰ ਬੈਠਾ ਹੈ ਉਹਨੂੰ ਨਾ ਤਾਂ ਅੱਜ ਤੇ ਕਿਸੇ ਨੇ ਧੋਖਾ ਦਿੱਤਾ ਹੈ, ਨਾ ਕੋਈ ਦੇ ਹੀ ਸਕਦਾ ਹੈ। ਕਬੀਰ ਸਾਹਿਬ ਬੇਸ਼ੱਕ ਮੁਸਲਮਾਨਾਂ ਦੇ ਘਰ ਅੰਦਰ ਪੈਦਾ ਹੋਏ, ਲੇਕਿਨ ਖਿਲਾਫ ਉਹਨਾਂ ਦੇ ਦੋਨੇ ਹੀ ਫਿਰਕੇ ਸਨ। ਹਿੰਦੂ ਵੀ ਸਖ਼ਤ ਖਿਲਾਫ ਸਨ ਔਰ ਮੁਸਲਮਾਨ ਵੀ ਸਖ਼ਤ ਖਿਲਾਫ ਸਨ, ਕਿਉਂਕਿ ਸੰਤ ਦੋਨਾਂ ਦੇ ਹੀ ਰੀਤੀ ਰਿਵਾਜ ਨੂੰ ਅਪਣਾਉਂਦੇ ਨੇ। ਤੋ ਇਹੀ ਸਵਾਲ ਜੋ ਗੁਰੂ ਨਾਨਕ ਤੇ ਕੀਤਾ ਗਿਆ, ਉਹੀ ਸਵਾਲ ਕਬੀਰ ਸਾਹਿਬ ਤੇ ਕਰਿਆ ਗਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੈ। ਉਹ ਕਹਿਣ ਲੱਗਿਆ, ਨਾਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਦੇ ਪਿੰਡ ਪ੍ਰਾਣ। ਉਹ ਕਹਿਣ ਲੱਗਿਆ, ਨਾ ਤਾਂ ਮੈਂ ਹਿੰਦੂ ਹੈ ਨਾ ਮੈਂ ਮੁਸਲਮਾਨ ਹੈ, ਮੈਂ ਤਾਂ ਰਾਮ ਦਾ ਬੱਚਾ ਸਮਝ ਲਓ ਚਾਹੇ ਅੱਲਾ ਦਾ ਸਮਝ ਲਓ, ਰਾਮ ਔਰ ਅੱਲਾ ਇੱਕੋ ਹੀ ਹੈ। ਤੋ ਆਪ ਕਹਿਣ ਲੱਗੇ, ਅਸੀਂ ਸਾਰਿਆਂ ਹੀ ਗੁਰੂਆਂ ਪੀਰਾਂ ਦੀ ਜੋ ਹੋ ਚੁੱਕੇ ਹੈ ਉਹ ਵੀ ਕੋਈ ਮਾੜਾ ਕਰਮ ਨਹੀਂ ਕਰਕੇ ਗਏ, ਉਹ ਵੀ ਲੋਕਾਂ ਨੂੰ ਆਪਦੇ ਵਕਤਿਆਂ ਨੂੰ ਨਾਮ ਨਾਲ ਜੋੜ ਕੇ ਸੱਚਖੰਡ ਪਹੁੰਚਾਉਂਦੇ ਰਹੇ ਹੈ, ਸਾਡੇ ਦਿਲਾਂ 'ਚ ਉਹਨਾਂ ਦੀ ਇੱਜ਼ਤ ਹੈ। ਗੁਰੂ ਨਾਨਕ ਨੇ ਵੀ ਕਿਹਾ ਕਿ ਮੈਂ ਸਾਰੇ ਗੁਰੂ ਪੀਰਾਂ ਦੀ ਇੱਜ਼ਤ ਕਰਦਾ, ਸਾਡੇ ਦਿਲ ਵਿੱਚ ਇੱਜ਼ਤ ਹੈ। ਸਵਾਮੀ ਜੀ ਮਹਾਰਾਜ ਨੇ ਵੀ ਕਿਹਾ, ਸਭ ਨੂੰ ਕਰੂੰ ਪ੍ਰਣਾਮ ਜੋੜ ਕਰ। ਤੋ ਕਬੀਰ ਸਾਹਿਬ ਦਾ ਜੋ ਸਮਾਂ ਸੀ ਉਦੋਂ ਹਿੰਦੁਸਤਾਨ ਦੇ ਉੱਤੇ ਬੜਾ ਸ਼ਕਤੀਸ਼ਾਲੀ ਰਾਜਾ ਲੋਧੀ ਸਿਕੰਦਰ ਰਾਜ ਕਰਦਾ ਸੀਗਾ। ਉਸਨੇ ਕੋਈ ਐਸਾ ਤਰੀਕਾ ਅਪਣਾਉਣੋਂ ਨਹੀਂ ਛੱਡਿਆ ਕਬੀਰ ਸਾਹਿਬ ਨੂੰ ਖਤਮ ਕਰਨ ਦਾ। ਪਾਣੀ ਵਿੱਚ, ਗੰਗਾ ਦੇ ਵਿੱਚ ਹੱਥ ਪੈਰ ਬੰਨ ਕੇ ਸਿੱਟ ਦਿੱਤਾ, ਲੇਕਿਨ ਮਾਲਕ ਨੇ ਕਬੀਰ ਸਾਹਿਬ ਦੀ ਉੱਥੇ ਵੀ ਰੱਖਿਆ ਕਰੀ। ਉਹ ਜਿਹੜੇ ਸੰਗਲ ਸਨ ਉਹ ਟੁੱਟ ਗਏ। ਤੋ ਕਬੀਰ ਸਾਹਿਬ ਇਸ ਤਰ੍ਹਾਂ ਤਰਦੇ ਨਜ਼ਰ ਆਏ ਜਿਵੇਂ ਪਾਣੀ ਦੇ ਉੱਪਰ ਮਿਰਗਸ਼ਾਲਾ ਦੇ ਉੱਤੇ ਕੋਈ ਸਾਧੂ ਭਜਨ ਕਰਦਾ ਹੁੰਦਾ ਹੈ। ਤੋ ਕਬੀਰ ਸਾਹਿਬ ਖੁਦ ਇਸ ਘਟਨਾ ਦਾ ਜ਼ਿਕਰ ਕਰਦੇ ਹੈ, ਗੰਗ ਗੁਸੈਨ ਗਹਿਰ ਗਭੀਰ, ਜੰਜੀਰ ਬਾਂਧ ਖੜ ਖੜੇ ਕਬੀਰ, ਮਾਨਾ ਡੋਲੇ ਤਨ ਕਾਹੇ ਡਰਾਏ, ਚਿੱਤ ਚਰਨ ਕਮਲ ਰਿਹਾ ਸਮਾਏ। ਉਹ ਕਹਿਣ ਲੱਗੇ, ਬੜੀ ਗਹਿਰੀ ਨਦੀ ਸੀ, ਜੰਜੀਰ ਬੰਨ ਕੇ ਮੈਨੂੰ ਉੱਥੇ ਲੈ ਗਏ ਵੀ ਤੈਨੂੰ ਇਹਦੇ ਵਿੱਚ ਧੱਕਾ ਦੇਣਾ, ਦੇ ਵੀ ਦਿੱਤਾ। ਤੋ ਕਹਿਣ ਲੱਗੇ, ਜਦੋਂ ਮਨ ਸੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਸੀਗਾ, ਤੋ ਤਨ ਦਾ ਫਿਰ ਕੀ ਡਰ ਹੈ ਵੀ ਚੱਲ ਚਲਿਆ ਜਾਏਗਾ ਕੋਈ ਨਹੀਂ, ਪਰ ਜਦੋਂ ਅਸੀਂ ਪਰਮਾਤਮਾ ਦੇ ਬਣ ਜਾਂਦੇ ਪਰਮਾਤਮਾ ਵੀ ਰੱਖਿਆ ਕਰਦਾ ਹੈ। ਫਿਰ ਇੱਕ ਸ਼ਰਾਬ ਪਿਲਾ ਕੇ ਹਾਥੀ ਨੂੰ ਮਦਹੋਸ਼ ਕਰਕੇ ਲਿਆਂਦਾ, ਕਬੀਰ ਸਾਹਿਬ ਦੀ ਗੱਠੜੀ ਬੰਨ ਕੇ ਉਹਦੇ ਅੱਗੇ ਸਿੱਟ ਦਿੱਤਾ ਵੀ ਮਤਾ ਖੁੱਲ੍ਹਾ ਕਿਤੇ ਭਾਜੀ ਨਾ ਜਾਏ। ਤੋ ਕਬੀਰ ਸਾਹਿਬ ਇਸ ਘਟਨਾ ਦਾ ਵੀ ਜ਼ਿਕਰ ਕਰਦੇ ਹੈ ਕਿ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਕੋਟ ਪੋਟ ਲੈ ਲੈ ਨਿਮਸ਼ਕਾਰਾ, ਬੂਝਾ ਨਹੀਂ ਕਾਜੀ ਅੰਧਿਆਰਾ, ਤੀਨ ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਇਹ ਅਸੀਂ ਕਿਉਂ ਇੰਨਾ ਕੁਛ ਕਰਦੇ ਹਾਂ, ਸਿਰਫ ਸਾਡੇ ਅੰਦਰ ਹੀਰਸ਼ਾ ਹੁੰਦੀ ਹੈ, ਸਾਨੂੰ ਮਜ਼ਬ ਦਾ ਜ਼ਹਿਰ ਚੜਿਆ ਹੁੰਦਾ ਹੈ। ਅਸੀਂ ਇਹ ਹੀ ਸੋਚ ਲੈਂਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਜਾਂ ਰੀਤੀ ਰਿਵਾਜ ਕਰਦੇ ਹਾਂ ਇਹ ਕਿਉਂ ਨਹੀਂ ਕਰਦਾ ਗਾ। ਹੁਣ ਜਿਸ ਨੂੰ ਸਚਿਆਈ ਦਾ ਗਿਆਨ ਹੋ ਜਾਂਦਾ ਪਿਆਰਿਓ, ਬੁੱਲੇ ਨੇ ਕਿਹਾ ਸੀ ਸੱਚ ਕਹਾਂ ਤਾਂ ਭਾਂਬੜ
ਮਚਦਾ ਹੈ, ਝੂਠ ਆਖਾਂ ਤੇ ਕੁਛ ਨਾ ਬਚਦਾ ਹੈ। ਤੋ ਕਬੀਰ ਸਾਹਿਬ ਵੀ ਕਹਿੰਦੇ, ਸਾਚ ਕਹੂੰ ਤਾਂ ਕੋਈ ਨਾ ਮਾਨੇ, ਝੂਠ ਕਿਹਾ ਨਾ ਜਾਈ ਹੋ। ਜੇ ਮੈਂ ਸੱਚੀ ਗੱਲ ਕਹਿਣਾ ਹੈ ਕਿ ਪਰਮਾਤਮਾ ਤਾਂ ਤੁਹਾਡੇ ਅੰਦਰ ਬੈਠਾ ਹੈ, ਹਿੰਦੂਆਂ ਦਾ ਵੀ ਉਹੀ ਹੈ, ਮੁਸਲਮਾਨਾਂ ਦਾ ਵੀ ਉਹੀ ਪਰਮਾਤਮਾ ਹੈ, ਈਸਾਈਆਂ ਦਾ ਵੀ ਉਹੀ ਹੈ, ਸਿੱਖਾਂ ਦਾ ਵੀ ਉਹੀ ਪਰਮਾਤਮਾ ਹੈ, ਔਰ ਸਭ ਦੇ ਅੰਦਰ ਹੈ, ਅੰਦਰੋਂ ਹੀ ਉਹਨਾਂ ਨੂੰ ਮਿਲ ਸਕਦਾ ਹੈ। ਕਬੀਰ ਸਾਹਿਬ ਦੇ ਸ਼ਬਦ 12ਵਾਂ ਸੰਤ ਸੰਗ੍ਰਹਿ ਦੂਸਰਾ ਭਾਗ ਪੰਨਾ 44। ਦੇਖੋ ਜਗ ਬੋਰਾਂ ਸਾਧੂ ਗੁਰੂ ਕਾ ਮਰਮ ਨਾ ਜਾਨਾ। ਦੇਖੋ ਜਗ ਬੋਰਾਂ ਸਾਧੂ ਗੁਰੂ ਕਾ ਮਰਮ ਨਾ ਜਾਨਾ। ਕਬੀਰ ਸਾਹਿਬ ਕਹਿੰਦੇ ਆ, ਦੇਖੋ ਦੁਨੀਆ ਕਿਸ ਤਰ੍ਹਾਂ ਮਨ ਦੇ ਨਸ਼ੇ ਵਿੱਚ, ਕੌਮਾਂ ਮਜ਼ਹਬਾਂ ਦੇ ਪਿਆਰ ਵਿੱਚ ਸੁੱਤੀ ਪਈ ਹੈ। ਬੜੀ ਬੜੀ ਚੋਟੀ ਦੇ ਮਹਾਤਮਾ ਇਸ ਸੰਸਾਰ ਵਿੱਚ ਆਏ, ਉਹ ਸਾਨੂੰ ਕੱਢਣ ਵਾਸਤੇ ਆਉਂਦੇ ਹੈ, ਅਸੀਂ ਉਹਨਾਂ ਨੂੰ ਉਲਟੇ ਕਸ਼ਟ ਦਿੰਦੇ ਹਾਂ। ਗੁਰੂ ਨਾਨਕ ਨੂੰ ਕਰਾਈਆ ਕਹਿ ਦਿੱਤਾ, ਬਲਕਿ ਕਸੂਰ ਦੇ ਇਲਾਕੇ 'ਚ ਤਾਂ ਇੱਕ ਪਿੰਡ ਨੇ ਉਹਨਾਂ ਨੂੰ ਉੱਥੇ ਵੜਨ ਹੀ ਨਹੀਂ ਦਿੱਤਾ ਕਿ ਲੋਕਾਂ ਦੇ ਦਿਮਾਗ ਖਰਾਬ ਕਰਦੇ ਹੈ। ਤੋ ਕੋਹੜੀ ਦੀ ਕੁਟੀਆ 'ਚ ਜਾ ਕੇ ਉਹਨਾਂ ਨੇ ਰਾਤ ਕੱਟੀ, ਪਰ ਕੋਹੜੀ ਦਾ ਕੋਹੜ ਤਾਂ ਦੂਰ ਹੋਇਆ, ਕ੍ਰੈਸ਼ ਆਇਆ। ਉਹ ਤਾਂ ਸਿਰਫ ਆਤਮਾ ਨੂੰ ਪਰਮਾਤਮਾ ਨਾਲ ਹੀ ਜੋੜਨ ਵਾਸਤੇ ਆਇਆ ਸੀ। ਤੋ ਫਿਰ ਵੀ ਉਸ ਨੂੰ ਸੂਲੀ 'ਤੇ ਚਾੜ ਦਿੱਤਾ, ਕੰਡਿਆਂ ਦਾ ਤਾਜ ਪਹਿਨਾਇਆ ਗਿਆ। ਮੁਹੰਮਦ ਸਾਹਿਬ ਆਏ, ਉਹਨਾਂ ਨੂੰ ਮੱਕੇ 'ਚੋਂ ਕੱਢ ਦਿੱਤਾ, ਮਦੀਨੇ ਗਏ। 3 ਦਿਨ ਉਹਨਾਂ ਨੇ ਭੁੱਖੇ ਪਿਆਸਿਆਂ ਕੱਟੇ ਇੱਕ ਗਾਰ ਦੇ ਅੰਦਰ। ਤੋ ਜਦ ਉਹ ਸ਼ਹਿਰ 'ਚੋਂ ਕੱਢੇ ਤੋ ਲੋਕ ਗੰਦ ਲੈ ਕੇ ਮਕਾਨਾਂ 'ਤੇ ਖੜ੍ਹੇ ਹੋ ਗਏ, ਉਹਨਾਂ ਦੇ ਸਿਰ ਉੱਤੇ ਸਭ ਨੇ ਗੇਰਨ ਲੱਗ ਪਏ। ਹੁਣ ਤੁਸੀਂ ਦੇਖ ਲਓ ਕਿ ਉਸ ਮਾਲਕ ਦੇ ਪਿਆਰੇ ਦਾ ਕੀ ਕਸੂਰ ਸੀ। ਵੀ ਉਹ ਇਹੀ ਕਹਿੰਦਾ ਸੀਗਾ ਬਈ ਪਰਮਾਤਮਾ ਨੇ ਤੁਹਾਨੂੰ ਇਹ ਸਰੀਰ ਮਸੀਤ ਦਿੱਤੀ ਹੈ, ਇਹ ਸੱਚੀ ਮਸੀਤ ਦੇ ਅੰਦਰੋਂ ਪਰਮਾਤਮਾ ਰਹਿੰਦਾ ਹੈ, ਉਹ ਇੱਟਾਂ ਪੱਥਰਾਂ ਦੇ ਵਿੱਚ ਨਹੀਂ ਰਹਿੰਦਾ ਗਾ, ਔਰ ਉਹਦਾ ਇੰਨਾ ਹੀ ਕਸੂਰ ਸੀ ਕਿ ਖੁਦਾ ਬਾਹਰ ਨਹੀਂ ਕਿਤੇ, ਉਹ ਤੁਹਾਡੇ ਅੰਦਰ ਹੈ। ਤੋ ਅਸੀਂ ਲੋਕਾਂ ਨੇ ਬਜਾਏ ਅੰਦਰ ਜਾਣ ਦੀ ਉਹਨਾਂ ਨੂੰ ਹੀ ਕਸ਼ਟ ਦੇਣਾ ਸ਼ੁਰੂ ਕੀਤਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਬਾਹਰ ਚਿਰਾਗੇ ਜਗਾਉਣ ਦੀ ਲੋੜ ਨਹੀਂ, ਉਹ ਚਿਰਾਗ ਤਾਂ ਤੁਹਾਡੇ ਅੰਦਰ ਜਲ ਰਿਹਾ ਹੈ, ਔਰ ਕਲਮਾ ਬਾਹਰ ਉੱਚੀ ਉੱਚੀ ਬੋਲਣ ਨਾ ਨਹੀਂ, ਤੁਸੀਂ ਉਹਦੇ ਨਾਲ ਜੁੜਦੇ ਗਏ, ਉਹ ਤਾਂ ਬਿਨਾਂ ਪੜ੍ਹਿਆਂ ਤੋਂ ਪੜ੍ਹੀਦਾ ਹੈ ਤੁਹਾਡੇ ਅੰਦਰ। ਉਹ ਕਹਿੰਦੇ ਅਸਲੀ ਨਮਾਜ਼ੀ ਉਹੀ ਹੈ ਜਿਹਦੇ ਬੁੱਲ ਫਰਕਣੋਂ ਹਟ ਜਾਣ, ਅੱਖਾਂ ਹਰਕਤ ਕਰਨੋਂ ਹਟ ਜਾਣ, ਤਾਲੂ ਹਿੱਲਣੋਂ ਰਹਿ ਜਾਵੇ। ਉਹ ਦਿਲ ਦਾ ਕਲਮਾ ਹੈ, ਉਹ ਦਿਲ ਨੇ ਹੀ ਪੜ੍ਹੀਦਾ ਹੈ। ਲੇਕਿਨ ਅਫਸੋਸ ਹੈ, ਜਦ ਉਹ ਮਾਲਕ ਦੇ ਪਿਆਰੇ ਉੱਠ ਜਾਂਦੇ ਹੈ, ਉਹਨਾਂ ਦੇ ਅਨਿਆਈ ਜਿੱਥੇ 10 ਦਿਨ ਕਿਸੇ ਮਹਾਤਮਾ ਨੇ ਕੱਟੇ ਹੁੰਦੇ ਹੈ, ਉਸੇ ਥਾਂ ਹੀ ਜਗ੍ਹਾ ਬਣਾ ਕੇ ਪੂਜਣਾ ਸ਼ੁਰੂ ਕਰਦੇ ਹੈ। ਫਿਰ ਆਪਸਰੀ ਮੇ ਕਈ ਧੜੇ ਬਣ ਜਾਂਦੇ ਹੈ, ਉਹ ਧੜਿਆਂ ਦਾ ਹੀ ਨਾਂ ਕੋਈ ਇੱਥੋਂ ਹੀ ਬਣਿਆ, ਸੰਨਿਆਸੀ ਬਣੇ, ਜੋਗੀ ਬਣੇ, ਜੰਗਮ ਬਣੇ, ਬੋਧ ਬਣੇ, ਇਹ ਧੜੇ ਇਸੇ ਤਰ੍ਹਾਂ ਹੀ ਬਣਦੇ ਹੈ। ਬਾਈਬਲ ਇੱਕ ਹੈ, ਕੁਰੈਸ਼ ਇੱਕ ਹੈ,
ਸਾਰੇ ਈਸਾਈ ਉਸ ਨੂੰ ਮੰਨਣ ਵਾਲੇ ਹੈ, ਲੇਕਿਨ ਕਿਤਨੇ ਫਿਰਕੇ ਹੈ, ਕੋਈ ਹਿਸਾਬ ਹੀ ਨਹੀਂ ਗਾ। ਔਰ ਇੱਕ ਫਿਰਕਾ ਦੂਸਰੇ ਨਾਲ ਪੂਰਾ ਮਤਭੇਦ ਰੱਖਦਾ ਹੈ। ਮੈਂ ਦੂਸਰੀ ਵਰਲਡ ਦੇ ਵਾਰ ਦੇ ਵਿੱਚ ਖੁਦ ਦੇਖਿਆ ਕਿ ਈਸਾਈ ਈਸਾਈਆਂ ਨੂੰ ਹੀ ਮਾਰਦੇ ਸਨ। ਇਸੇ ਤਰ੍ਹਾਂ ਦਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਇੱਕ ਹੈ, ਗੁਰੂ ਸਾਹਿਬ ਵੀ ਇੱਕ ਜੋਤ ਹੋਏ ਹੈ, ਲੇਕਿਨ ਉਹਨਾਂ ਦੇ ਵੀ ਫਿਰਕੇ ਅੱਜ 50 ਤੋਂ ਵੀ ਜ਼ਿਆਦਾ ਬਣੇ ਖੜ੍ਹੇ ਹੈ। ਇਸੇ ਤਰ੍ਹਾਂ ਹਿੰਦੂਆਂ ਦੇ ਰਮਾਇਣ ਇੱਕ ਹੈ, ਗੀਤਾ ਇੱਕ ਹੈ, ਸਾਰੇ ਉਸ ਰਾਮ ਨੂੰ ਮੰਨਣ ਵਾਲੇ ਹੈ, ਲੇਕਿਨ ਉਹਨਾਂ ਦੇ ਫਿਰਕੇ ਤਾਂ ਗਿਣਤੀ ਵਿੱਚ ਵੀ ਨਹੀਂ ਆ ਸਕਦੇ ਕਿ ਕਿੰਨੇ ਕੁ ਬਣੇ ਆ, ਕਿੰਨੇ ਕੁ ਗਾਹ ਨੂੰ ਬਣਨੇ ਆ। ਤੋ ਕਬੀਰ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹੈ, ਸਾਧੋ ਸਭ ਜਗ ਫਿਰਤ ਬੌਰਾਨਾ, ਬੌਰਿਆਂ ਦੀ ਤਰ੍ਹਾਂ ਇੱਕ ਦੂਸਰੇ ਨਾਲ ਲੜਦੇ ਫਿਰਦੇ ਹੈ, ਨਾ ਅਸਲੀ ਚੀਜ਼ ਦੀ ਸੋਝੀ ਹੈ। ਕਿਉਂ ਨਹੀਂ ਵੀ ਕੋਈ ਗੁਰੂ ਨਹੀਂ ਮਿਲਿਆ, ਨਾਮ ਨਹੀਂ ਮਿਲਿਆ ਗਾ। ਜੇ ਸਾਨੂੰ ਕੋਈ ਗੁਰੂ ਸੰਤ ਮਿਲਿਆ ਹੋਵੇ, ਨਾਮ ਮਿਲਿਆ ਹੋਵੇ, ਤੋ ਪਿਆਰੇ ਸਾਨੂੰ ਪਤਾ ਹੀ ਨਹੀਂ ਲੱਗਦਾ ਗਾ ਕਿ ਕਿਹੜੇ ਮੁਲਕ ਦਾ ਇਹ ਆਦਮੀ ਹੈ, ਕਿਸ ਜਾਤੀ ਦਾ ਹੈ, ਜਾਂ ਇਹ ਗਰੀਬ ਹੈ ਜਾਂ ਅਮੀਰ ਹੈ। ਅਸੀਂ ਆਤਮਾ ਕਰਕੇ ਸਾਰੇ ਏਕ ਹੀ ਹੈ। ਸਤਿਗੁਰੂ ਬੜੇ ਪਿਆਰ ਨਾਲ ਸੰਤ ਸਾਨੂੰ ਸਮਝਾਉਂਦੇ ਆ ਕਿ ਪਹਿਲਾਂ ਵੀ ਆਪਾਂ ਇੱਕੇ ਪਰਮਾਤਮਾ ਦੇ ਬੱਚੇ ਸੀ, ਗਾਹਾਂ ਨੂੰ ਵੀ ਆਪਾਂ ਉਸੇ ਪਰਮਾਤਮਾ ਕੋਲੇ ਜਾਣਾ ਹੈ। ਆਓ ਆਪਾਂ, ਉਹ ਪਿਆਰ ਹੈ, ਮੈਂ ਤੁਹਾਨੂੰ ਪਿਆਰ ਹੀ ਸਿਖਾਉਣ ਵਾਸਤੇ ਆਇਆ ਹੈ। ਜਦੋਂ ਅਸੀਂ ਪਿਆਰ ਦਾ ਸਬਕ ਜਿੰਨਾ ਚਿਕਰ ਉਹ ਚੱਲਦਾ ਰਹਿੰਦਾ ਹੈ, ਇੱਕ ਦੂਸਰੇ ਨਾਲ ਅਸੀਂ ਪਿਆਰ ਕਰਦੇ ਹਾਂ, ਜਦੋਂ ਪਿਆਰ ਨੂੰ ਅਸੀਂ ਭੁੱਲ ਜਾਂਦੇ ਹਾਂ, ਤੋ ਫਿਰ ਅਸੀਂ ਇੱਕ ਦੂਸਰੇ ਨਾਲ ਹੀਰਸ਼ਾ ਕਰਨ ਲੱਗ ਜਾਂਦੇ ਹਾਂ। ਦੇਖੋ ਜਗ ਬੌਰਾਨਾ ਸਾਧੂ, ਗੁਰੂ ਕਾ ਮਰਮ ਨਾ ਜਾਣਾ, ਹਿੰਦੂ ਕਹਿਤ ਹੈ ਰਾਮ ਹਮਾਰਾ, ਮੁਸਲਮਾਨ ਰਹਿਮਾਨਾ, ਆਪਸ ਮੇ ਦੋ ਲੜੇ ਮਰਤ ਹੈ, ਦੁਵਿਧਾ ਮੇ ਲਿਪਟਾਨਾ। ਆਪ ਕਹਿਣ ਲੱਗੇ, ਸਮਾਜਿਕ ਲੋਕ ਕੀ ਕਰਦੇ ਹੈ, ਜਦੋਂ ਕਬੀਰ ਸਾਹਿਬ ਇਸ ਸੰਸਾਰ ਦੇ ਵਿੱਚ ਮੌਜੂਦ ਸਨ, ਵੈਸੇ ਤਾਂ ਹੋਰ ਵੀ ਫਿਰਕੇ ਸਨ, ਲੇਕਿਨ ਦੋ ਸਮਾਜਾਂ ਹਿੰਦੁਸਤਾਨ ਦੇ ਵਿੱਚ ਜ਼ਬਰਦਸਤ ਸਨ, ਇੱਕ ਹਿੰਦੂਆਂ ਦੀ, ਇੱਕ ਮੁਸਲਮਾਨਾਂ ਦੀ। ਔਰ ਦੋਨੇ ਹੀ ਇੱਕ ਦੂਸਰੇ ਨਾਲ ਇਤਨੀ ਹੀਰਖਾ ਕਰਦੇ ਸਨ ਕਿ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਸਨ। ਤੋ ਕਬੀਰ ਸਾਹਿਬ ਕਹਿਣ ਲੱਗੇ, ਲੜਦੇ ਕਾਹਦੇ ਪਿੱਛੇ ਹੈ ਵੀ? ਉਹ ਕਹਿੰਦੇ ਆ ਰਾਮ ਸਾਡਾ ਹੈ, ਤੇ ਉਹ ਕਹਿੰਦੇ ਆ ਵੀ ਅੱਲਾ ਸਾਡਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਇੱਕੋ ਹੀ ਤਾਕਤ ਹੈ, ਚਾਹੇ ਉਹਨੂੰ ਰਾਮ ਕਹਿ ਲਓ, ਚਾਹੇ ਅੱਲਾ ਕਹਿ ਲਓ, ਚਾਹੇ ਵਾਹਿਗੁਰੂ ਕਹਿ ਲਓ, ਚਾਹੇ ਗਾਡ ਕਹਿ ਲਓ, ਚਾਹੇ ਖੁਦਾ ਕਹਿ ਲਓ, ਚਾਹੇ ਉਸਨੂੰ ਰਾਮ ਕਹਿ ਲਓ, ਕੁਛ ਹੀ ਕਹਿ ਕੇ ਬੁਲਾ ਲਓ ਤੁਸੀਂ। ਮਹਾਰਾਜ ਸਾਵਨ ਸਿੰਘ ਛੋਟੀ ਜਿਹੀ ਕਹਾਣੀ ਦੱਸਦੇ ਹੁੰਦੇ ਸੀਗੇ ਕਿ ਇੱਕ ਪੂਰਵੀਆ ਸੀ, ਇੱਕ ਸੀਮਾ ਪ੍ਰਾਂਤ ਦਾ ਸੀ, ਦੋਨਾਂ ਨੇ ਆਪਸਰੀ ਮੇ ਸੀਰ ਖੇਤੀ ਦਾ ਕਰ ਲਿਆ। ਜਦ ਬਿਜਾਈ ਦਾ ਟਾਈਮ ਆਇਆ, ਪੂਰਵੀਆ ਕਹਿਣ ਲੱਗਿਆ, ਮੈਂ ਤਾਂ ਕਣਕ ਬੀਜੂੰਗਾ ਬਈ। ਉਹ ਕਹਿਣ ਲੱਗਿਆ, ਹਮ ਤੋ ਗੰਦਮ ਬੀਜੇਂਗੇ,
ਦੋਨਾਂ ਦਾ ਬੜਾ ਝਗੜਾ ਜ਼ਬਰਦਸਤ ਹੋਇਆ। ਕੋਈ ਜਾ ਰਿਹਾ ਸੀ, ਲੜਦਿਆਂ ਨੂੰ ਦੇਖ ਕੇ ਖੜ ਗਿਆ। ਉਹ ਕਹਿਣ ਲੱਗੇ, ਬਈ ਤੁਸੀਂ ਆਪੋ ਆਪਣਾ ਬੀਜ ਲਿਆਓ, ਮੈਂ ਤੁਹਾਡਾ ਫਿਰ ਫੈਸਲਾ ਕਰ ਦੂੰਗਾ। ਬੀਜ ਜਦ ਲਿਆਂਦਾ, ਉਹ ਦੋਨੇ ਇੱਕੋ ਹੀ ਬੀਜ ਸੀ। ਉਹ ਕਹਿੰਦਾ, ਤੁਸੀਂ ਬੀਜਣਾ ਤਾਂ ਦੋਨੇ ਇੱਕ ਹੀ ਚਾਹੁੰਦੇ ਹੋ, ਪਰ ਲਫ਼ਜ਼ਾਂ ਦਾ ਫਰਕ ਹੈ। ਇਸੇ ਤਰ੍ਹਾਂ ਰਾਮ ਅੱਲਾ ਲਫ਼ਜ਼ ਦਾ ਫਰਕ ਹੈ, ਲੇਕਿਨ ਉਹ ਤਾਕਤ ਇੱਕ ਹੀ ਹੈ। ਸੰਤ ਆ ਕੇ ਇਸੇ ਚੀਜ਼ ਦਾ ਹੀ ਨਿਆਂ ਕਰਦੇ ਹੈ ਕਿ ਤੁਸੀਂ ਖੁਦ ਹੀ ਸਚਿਆਈ ਨੂੰ ਆਪਦੇ ਅੰਦਰ ਜਾ ਕੇ ਦੇਖੋ ਕਿ ਉਸੇ ਤਾਕਤ ਨੂੰ ਹੀ ਅਲੱਗ ਅਲੱਗ ਭਾਸ਼ਾ ਦੇ ਵਿੱਚ ਲੋਕ ਮਹਾਤਮਾ ਨੇ ਨਾਮ ਰੱਖੇ ਆਪਣੇ ਪਿਆਰ ਵਿੱਚ। ਹੁਣ ਪਹਿਲਾਂ ਤਾਂ ਸਾਡੇ ਕਈ ਮੁਲਕ ਹੈ, ਇੱਕ ਇੱਕ ਮੁਲਕ ਦੇ ਅੰਦਰ ਕਈ ਕਈ ਫਿਰਕੇ ਹੈ, ਕਈ ਕਈ ਸੂਬੇ ਹੈ, ਸਟੇਟਾਂ ਹਨ, ਉਹਦੇ ਵਿੱਚ ਕਈ ਕਈ ਜਵਾਨਾਂ ਹਨ। ਔਰ ਉਸ ਹਜ਼ਾਰਾਂ ਜਵਾਨਾਂ ਦੇ ਵਿੱਚ ਅਸੀਂ ਆਪੋ ਆਪਣੇ ਪਿਆਰ ਵਿੱਚ ਉਸਦੇ ਨਾਮ ਰੱਖੇ ਹੈ। ਸੋ ਇਹ ਤਾਂ ਸਾਡੇ ਸਮਾਜਿਕ ਵਰਨਾਤਮਕ ਨਾਮ ਹੈ, ਲੇਕਿਨ ਜਿਹੜਾ ਧੁਨਾਤਮਕ ਨਾਮ ਮੁਕਤੀ ਦਿੰਦਾ ਹੈ, ਉਹ ਤਾਂ ਪਿਆਰਿਓ ਨਾ ਇਹ ਜੀਵ ਨਾ ਬੋਲਿਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਹੈ, ਨਾ ਇਹਨਾਂ ਅੱਖਾਂ ਚਮੜੇ ਦੀਆਂ ਨਾਲ ਦੇਖਿਆ ਜਾਂਦਾ ਹੈ। ਉਹ ਰੂਹਾਨੀ ਚੜ੍ਹਾਈ ਹੈ, ਸਾਡੇ ਹੱਥ ਪੈਰ ਲੈ ਕੇ ਉੱਥੇ ਚੜ੍ਹਦੇ ਨਹੀਂ ਗੇ। ਸੋ ਉਹ ਤਾਂ ਬਿਨਾਂ ਦੇਖਿਆ ਬਿਨਾਂ ਬੋਲਿਆ ਕਾਨੂੰਨ ਹੈ। ਕਬੀਰ ਸਾਹਿਬ ਕਹਿੰਦੇ ਆ, ਅੱਲਾ ਅਲੱਖ ਹੈ, ਉਹ ਲਿਖਿਆ ਨਹੀਂ ਜਾਂਦਾ। ਗੁਰੂ ਨੇ ਮੈਨੂੰ ਮਿੱਠਾ ਔਰ ਪਿਆਰਾ ਨਾਮ ਦਿੱਤਾ ਔਰ ਮੇਰੀ ਸ਼ੰਕਾ ਦੂਰ ਹੋ ਗਈ। ਮੈਂ ਅੰਦਰ ਜਾ ਕੇ ਸਰਬ ਨਿਰੰਜਨ ਡੀਠਾ, ਮੈਂ ਸਾਰਿਆਂ ਦੇ ਵਿੱਚ ਹੀ ਉਹ ਦੇਖ ਲਿਆ, ਆਪਦੇ ਅੰਦਰ ਦੇਖ ਕੇ ਬਾਹਰ ਦੇਖਿਆ ਗਿਆ। ਅੱਲਾ ਅਲੱਖ ਨਾ ਜਾਏ ਲਿਖਿਆ, ਗੁਰ ਗੁੜ ਦੀਨਾ ਮੀਠਾ, ਕਹੇ ਕਬੀਰ ਮੇਰੀ ਸ਼ੰਕਾ ਨਾਠੀ ਤੇ ਸਰਬ ਨਿਰੰਜਨ ਡੀਠਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਰਾਮ ਰਾਮ ਸਭ ਕਹੇ, ਕਹਾਂ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਅਗਰ ਤੋਤੇ ਦੀ ਤਰ੍ਹਾਂ ਰਾਮ ਰਾਮ ਕਹੀ ਜਾਈਏ ਤਾਂ ਨਹੀਂ ਮਿਲਦਾ ਗਾ। ਕੋਈ ਮਹਾਤਮਾ ਕਿਰਪਾ ਕਰੇ ਤਾਂ ਹੀ ਅਸੀਂ ਉਸ ਰਾਮ ਨੂੰ ਦੇਖ ਸਕਦੇ ਹਾਂ, ਫਾਇਦਾ ਉਠਾ ਸਕਦੇ ਹਾਂ। ਬਹੁਤ ਮਿਲੇ ਮੋਹੇ ਨੀਮੀ ਧਰਮੀ, ਪ੍ਰਾਤ ਕਰੇ ਅਸ਼ਨਾਨ, ਆਤਮ ਛੋੜ ਪਛਾਨੀ ਪੂਜੇ, ਤਿਨ ਕਾ ਥੋਥਾ ਗਿਆਨ। ਕਬੀਰ ਸਾਹਿਬ ਕਹਿੰਦੇ ਆ, ਮੈਨੂੰ ਬਹੁਤ ਸਾਰੇ ਨੇਮੀ ਧਰਮੀ ਮਿਲੇ। ਉਹਨਾਂ ਦਾ ਨੇਮ ਹੁੰਦਾ ਹੈ ਕਿ ਰੋਜ਼ ਸੁਬਾਹ ਉੱਠ ਕੇ ਇਸ਼ਨਾਨ ਕਰਨਾ, ਫਿਰ ਮੂਰਤੀ ਨੂੰ ਪੂਜਣਾ, ਧਿਆਨ ਧਰਨਾ, ਫਿਰ ਲੋਕਾਂ ਨੂੰ ਕਥਾ ਕਰਕੇ ਸੁਣਾਉਣੀ। ਤੋ ਕਬੀਰ ਸਾਹਿਬ ਕਹਿੰਦੇ ਹੈ, ਪਛਾਣਨਾ ਤਾਂ ਆਪਦੀ ਆਤਮਾ ਨੂੰ ਸੀ ਕਿ ਇਹ ਪਰਮਾਤਮਾ ਦੀ ਅੰਸ਼ ਹੈ, ਇਹਨੂੰ ਪਰਮਾਤਮਾ ਦੇ ਵਿੱਚ ਮੈਂ ਮਿਲਾਵਾਂ। ਹੁਣ ਆਤਮਾ ਚੇਤਨ ਹੈ, ਪੱਥਰ ਜੜ ਹੈ, ਤੋ ਇਹ ਹੁਣ ਜੜ ਦੇ ਅੱਗੇ ਸਿਰ ਨਮਾਉਂਦਾ ਹੈ। ਉਹਨੇ ਬੋਲਣਾ ਨਹੀਂ, ਜੇ ਉਹਨੂੰ ਪਾਣੀ ਦੇ ਵਿੱਚ ਛੱਡ ਦਈਏ ਉਹ ਖੁਦ ਨਹੀਂ ਆਪਦੀ ਰੱਖਿਆ ਕਰ ਸਕਦਾ, ਉਹ ਸਾਡੀ ਕੀ ਕਰੇਗਾ। ਤੋ ਕਬੀਰ ਸਾਹਿਬ ਕਹਿੰਦੇ ਹੈ, ਠਾਕਰ ਪੁੱਜੇ ਮੁੱਲ ਲੈ,
ਮਨਹਟ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ, ਭੂਲੇ ਪਟਕਾ ਖਾਏ। ਪਹਿਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ, ਇਸ ਪਰਵਾਸੇ ਜੇ ਰਹੇ ਸੋ ਡੂਬੇ ਕਾਲੀ ਧਾਰ। ਇੱਕ ਜੋ ਕਹੀਏ ਪੀਰ ਔਲੀਆ, ਪੜ੍ਹੇ ਕਿਤਾਬ ਕੁਰਾਨ, ਕਰੇ ਮੁਰੀਦ ਕਬਰ ਬਤਲਾਵੀ, ਉਨੂੰ ਖੁਦਾ ਨਾ ਜਾਨ। ਜਿਸ ਤਰ੍ਹਾਂ ਹਿੰਦੂਆਂ ਦੇ ਵਿੱਚ ਰਿਖੀ ਮੁਨੀ ਹੋਏ, ਉਹਨਾਂ ਨੂੰ ਵੀ ਕੋਈ ਗੁਰੂ ਨਾ ਮਿਲਿਆ। ਇਸ ਵਾਸਤੇ ਪੁਰਾਣਾਂ ਵਿੱਚ ਉਹਨਾਂ ਦੇ ਹੱਸੀ ਉਡਾਈ ਗਈ ਹੈ ਕਿ ਕਿਸ ਤਰ੍ਹਾਂ ਉਹ ਕਾਮ ਦੇ ਹੱਥੋਂ ਜਲੀਲ ਹੋਏ। ਔਰ ਇਸੇ ਤਰ੍ਹਾਂ ਆਪ ਕਹਿਣ ਲੱਗੇ ਮੁਸਲਮਾਨਾਂ ਦੇ ਵਿੱਚ ਉਹਨਾਂ ਰਿਖੀਆਂ ਮੁਨੀਆਂ ਨੂੰ ਪੀਰ ਜਾਂ ਔਲੀਏ ਜਾਂ ਪੈਗੰਬਰ ਕਰਕੇ ਬਿਆਨ ਕਰਦੇ ਹੈ। ਕਹਿਣ ਲੱਗੇ ਉਹ ਲੋਕ ਮਰੀਦ ਤਾਂ ਆਪਣੇ ਬਣਾਉਂਦੇ ਹੈ, ਲੇਕਰ ਭੇਜਦੇ ਹੈ ਕਬਰ ਪੂਜਣ ਵਾਸਤੇ। ਮੁਹੰਮਦ ਸਾਹਿਬ ਦੀ ਜਿੱਥੇ ਪੈਦਾਇਸ਼ ਹੋਈ ਸੀ ਉਸੇ ਜਗ੍ਹਾ ਹੀ ਉਹਨਾਂ ਦੀ ਕਬਰ ਹੈ, ਜਿਸ ਨੂੰ ਕਿ ਮੱਕਾ ਕਹਿੰਦੇ ਹੈ। ਜਿਹੜਾ ਇੱਕ ਵਾਰੀ ਉੱਥੇ ਜਾਇਆ ਆਵੇ ਉਹਨੂੰ ਕਹਿੰਦੇ ਬਸ ਜ਼ਿੰਦਗੀ ਦਾ ਬੀਮਾ ਹੋ ਗਿਆ, ਤੂੰ ਹਜ ਕਰੇ ਆਇਆ ਹੈ। ਤੋ ਕਬੀਰ ਸਾਹਿਬ ਕਹਿੰਦੇ ਹੈ, ਗੁਰੂ ਨਾਨਕ ਕਹਿੰਦੇ ਹੈ, ਅੰਧੇ ਕਾ ਰਾਹ ਦੱਸਿਆ, ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਕਬੀਰ ਸਾਹਿਬ ਕਹਿੰਦੇ ਹੈ, ਬਾਮਨ ਕੀ ਕਥਾ ਸੌ ਚੋਰਨ ਕੀ ਨਾਵ, ਸਭ ਅੰਧੇ ਮਿਲ ਬੈਠਿਆ ਤੇ ਭਾਵੇਂ ਤਹਿ ਲੈ ਜਾਤ। ਬਾਮਨ ਕੀ ਕਥਾ ਸੌ ਚੋਰ ਕੀ, ਹਾਂ ਕਥਾ ਕਹਾਣੀ ਕਰਨ ਵਾਲਿਆਂ ਨੂੰ, ਜਿਸ ਤਰ੍ਹਾਂ ਇਹਨਾਂ ਨੂੰ ਮੌਲਵੀਆਂ ਨੂੰ ਕਿਹਾ ਹੈ, ਕਥਾ ਕਹਾਣੀ ਕਰਨ ਵਾਲਿਆਂ ਨੂੰ, ਉਹ ਸਾਰੇ ਜਦੋਂ ਖੁਦ ਨਹੀਂ ਦੇਖਿਆ, ਅੰਨਾ ਬੰਦਾ ਜਿਵੇਂ ਬੇੜੀ ਦਾ ਮਲਾਹ ਬਣ ਜਾਵੇ ਤੇ ਵਿੱਚ ਅੰਧੇ ਹੀ ਚੜ ਜਾਣ, ਉਹ ਜਿੱਥੇ ਮਰਜ਼ੀ ਲੈ ਜਾਏ, ਜਿਹੜੀ ਧਾਰ 'ਚ ਮਰਜ਼ੀ ਜਾ ਕੇ ਡੁਬੋ ਦੇ। ਇੱਕ ਆਦਮੀ ਨੇ ਖੁਦ ਮਿੱਠਾ ਨਹੀਂ ਖਾਧਾ ਗਾ, ਉਹ ਮਿੱਠੇ ਦਾ ਸਵਾਦ ਦੱਸਦਾ ਤਾਂ ਤੁਸੀਂ ਦੇਖ ਲਓ, ਜਿਹੜਾ ਉਸ 'ਤੇ ਐਤਵਾਰ ਕਰੇਗਾ ਕਿ ਉਹ ਗਾਹਾਂ ਮਿੱਠੇ ਨਾਲ ਮੂੰਹ ਮਿੱਠਾ ਕਰ ਲਏਗਾ। ਤੋ ਸਾਡੇ ਸਤਿਗੁਰੂ ਸਦਾ ਹੀ ਕਹਿੰਦੇ ਸਨ ਕਿ ਬਈ ਪੜ੍ਹਿਆ ਪੜ੍ਹਾ ਸਕਦਾ ਹੈ, ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ। ਜਿਸ ਨੇ ਖੁਦ ਆਪਣੀ ਜ਼ਿੰਦਗੀ 'ਚ ਅਭਿਆਸ ਕੀਤਾ ਹੈ, ਪਰਮਾਤਮਾ ਨਾਲ ਮਿਲਾਪ ਕੀਤਾ ਹੈ, ਉਹੀ ਸਾਨੂੰ ਅੰਦਰ ਜਾਣ ਦਾ ਸਾਧਨ ਦੱਸ ਸਕਦਾ ਹੈ, ਅਭਿਆਸ ਕਰਾ ਸਕਦਾ ਹੈ। ਹਿੰਦੂ ਕੀ ਦਇਆ ਮੇਹਰ ਤੁਰਕਨ ਕੀ, ਦੋਨੋਂ ਕਰ ਸੇ ਪਾਗੀ, ਵਹ ਕਰੇ ਜੀਬਾ ਵਹ ਝਟਕਾ ਮਾਰੀ, ਆਗ ਦੋਂ ਕਰ ਲਾਗੀ। ਹੁਣ ਕਬੀਰ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਹਿੰਦੂਆਂ ਦੀ ਤਾਂ ਦਇਆ ਖਤਮ ਹੋ ਗਈ, ਮੁਸਲਮਾਨਾਂ ਦੇ ਵਿੱਚੋਂ ਰਹਿਮ ਖਤਮ ਹੋ ਗਿਆ। ਕਿਉਂ ਕਿ ਜਿਹੜੇ ਜੀਵ ਬੇਜਵਾਨ ਹੈ, ਧਰਤੀ ਦੇ ਉੱਤੇ ਇੱਕ ਇਨਸਾਨ ਨੂੰ ਰਹਿਣ ਦਾ ਵੀ ਓਨਾ ਹੱਕ ਹੈ ਤੇ ਓਨਾ ਇੱਕ ਪਸ਼ੂ ਪੰਛੀ ਨੂੰ ਵੀ ਹੈ। ਤੋ ਹਿੰਦੂ ਲੋਕ ਇੱਕ ਟੱਕਰਾਂ ਕੱਟ ਦਿੰਦੇ ਹੈ ਕਿ ਅਸੀਂ ਝਟਕਾ ਬਣਾ ਲਿਆ ਹੈ, ਮੁਸਲਮਾਨ ਉਹਨੂੰ ਜਿਵਾ ਹੌਲੀ ਹੌਲੀ ਕੱਟ ਦਿੰਦੇ ਹੈ, ਕਹਿੰਦੇ ਅਸੀਂ ਹਲਾਲ ਬਣਾ ਲਿਆ ਹੈ। ਕਬੀਰ ਸਾਹਿਬ ਕਹਿਣ ਲੱਗੇ ਕਿ ਜਦ ਤੁਸੀਂ ਉਹਨੂੰ ਚਾਹੇ ਕੱਟ ਲਓ, ਚਾਹੇ ਜਿਵਾ ਕਰ ਲਓ, ਹੌਲੀ ਹੌਲੀ ਮਾਰ ਲਓ, ਉਹਦੇ ਵਿੱਚ ਜੋ ਜੋਤ ਹੈ
ਉਹ ਤਾਂ ਨਿਕਲ ਜਾਂਦੀ ਹੈ, ਪਿੱਛੋਂ ਮੁਰਦਾ ਰਹਿ ਜਾਂਦਾ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਅਸੀਂ ਝਟਕਾ ਜਾਂ ਹਲਾਲ ਕਹਿ ਸਕਦੇ ਹਾਂ? ਤਾਂ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਇੱਕ ਬੱਕਰੀ ਦੀ ਮਿਸਾਲ ਦੱਸੀ ਹੈ ਕਿ ਸ਼ੇਰ ਉਹਨੂੰ ਖਾਣ ਲੱਗਿਆ, ਉਹ ਅੱਗੋਂ ਹੱਸ ਪਈ, ਛੀ ਪੁਜੁੱਤੀ ਬੱਕਰੀ ਅਤੇ ਹੜ ਹੜ ਕਰਕੇ ਹੱਸੀ, ਉਹ ਬੜੀ ਹੱਸੀ ਖੁਸ਼ ਹੋ ਕੇ, ਸ਼ੇਰ ਪੁੱਛਣ ਲੱਗਿਆ ਸੇਧ, ਸ਼ੇਰ ਪੁੱਛੇ ਬਸਮਾਦ ਹੋਏ, ਉਹ ਬੜਾ ਅਚਰਜ ਹੋਇਆ, ਕਹਿਣ ਲੱਗਿਆ ਕੀ ਗੱਲ, ਮੈਂ ਤੈਨੂੰ ਖਾਣਾ ਹੈ, ਤੂੰ ਹੱਸਦੀ ਹੈ? ਉਹ ਕਹਿੰਦੀ ਜੇ ਹੁਣ ਪਰਮਾਤਮਾ ਸੁਣਦਾ ਹੋਵੇ ਤਾਂ ਸਾਡੇ ਬੱਚਿਆਂ ਨੂੰ ਖੱਸੀ ਕਰ ਦੇਵੇ, ਤਾਂ ਕਿ ਕੋਈ ਇਹਨਾਂ ਦੀ ਔਲਾਦ ਨਾ ਹੋਵੇ, ਉਹਦਾ ਦੁੱਖ ਨਾ ਸਵੇ। ਅਸੀਂ ਅੱਕ ਧਤੂਰਾ ਖਾਂਦੇ ਹਾਂ, ਅੱਕ ਪੱਤੇ ਖਾਂਦੇ ਹਾਂ, ਸਾਡੀ ਜਦ ਪੁੱਠੀ ਕਰਕੇ ਖਲ ਲਾਈ ਜਾਂਦੀ ਹੈ, ਜੋ ਸਾਡਾ ਮਾਸ ਖਾਂਦੇ ਉਹਨਾਂ ਦਾ ਕੀ ਹਾਲ ਹੋਊਗਾ? ਗੁਰੂ ਨਾਨਕ ਦੀ ਤਾਰੀਫ ਤੁਲਸੀ ਸਾਹਿਬ ਨੇ ਕੱਟ ਰਮਾਇਣ ਦੂਸਰੇ ਭਾਗ ਵਿੱਚ ਬੜੀ ਹੀ ਮਹਿਮਾ ਗਾਈ ਹੈ ਕਿ ਨਾਨਕ ਨੇ ਬਹੁਤ ਵੱਡਾ ਸਾਰਾ ਗ੍ਰੰਥ ਲਿਖਿਆ, ਉਹਦੇ ਵਿੱਚ ਮੀਟ ਸ਼ਰਾਬ ਨੂੰ ਜਗ੍ਹਾ ਨਹੀਂ ਦਿੱਤੀ ਗਈ, ਬਲਕਿ ਮੀਟ ਸ਼ਰਾਬ ਖਾਣ ਪੀਣ ਵਾਲੇ ਨੂੰ ਅੱਛਾ ਨਹੀਂ ਕਿਹਾ, ਬਲਕਿ ਇੱਥੋਂ ਤੱਕ ਕਹਿ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਗੁਰੂ ਪੀਰ ਹਾਮਾ ਤਾਂ ਪਰੇ ਜੇ ਮੁਰਦਾਰ ਨਾ ਖਾਏ। ਯਾ ਵਿਦ ਹੰਸਤ ਚਲਤ ਹੈ ਹਮੇ ਕੋ ਆਪ ਕਹਾਵੇਂ ਸਿਆਨਾ, ਕਹੀਂ ਕਬੀਰ ਸੁਨੋ ਪਾਈ ਸਾਧੋ, ਇਨ ਮੇ ਕੌਣ ਦੀਵਾਨਾ। ਕਬੀਰ ਸਾਹਿਬ ਕਹਿਣ ਲੱਗੇ ਸਾਨੂੰ ਦੇਖ ਕੇ ਤਾਂ ਹੱਸਦੇ ਹੈ, ਮਖੌਲ ਉਡਾਉਂਦੇ ਹੈ ਕਿ ਇਹਨਾਂ ਨੂੰ ਰੱਬ ਦੀ ਪੂਜਾ ਦਾ ਹੀ ਗਿਆਨ ਨਹੀਂ ਗਾ, ਆਪ ਸਿਆਣੇ ਬਣਦੇ ਹੈ। ਤੋ ਕਹਿਣ ਲੱਗੇ ਤੁਸੀਂ ਖੁਦ ਹੀ ਸੋਚ ਕੇ ਦੇਖ ਲਓ, ਇਹਨਾਂ ਫਿਰਕਿਆਂ 'ਚ ਕੌਣ ਦੀਵਾਨਾ ਪਾਗਲ ਹੋਇਆ ਫਿਰਦਾ ਹੈ, ਕੌਣ ਪਰਮਾਤਮਾ ਦੀ ਭਗਤੀ ਕਰਦਾ ਹੈ? ਮਾਸ ਖਾਣ ਨਾਲ ਬੁੱਧੀ ਰਕਸ਼ਸ਼ ਹੋ ਜਾਂਦੀ ਹੈ, ਕਰਮਾਂ ਦਾ ਬੋਝਾ ਬਹੁਤ ਵੱਧ ਜਾਂਦਾ ਹੈ। ਇਸ ਵਾਸਤੇ ਜਿਤਨੇ ਵੀ ਸੰਤ ਸੱਚਖੰਡ ਤੋਂ ਆਉਂਦੇ ਹੈ, ਸਭ ਨੇ ਹੀ ਮੀਟ ਸ਼ਰਾਬ ਤੋਂ ਸਾਨੂੰ ਵਰਜਿਤ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਜੀ ਜੋ ਮਾਰੇ ਜ਼ੋਰ ਕਰ ਲਏ ਜਵਾਬ ਖੁਦਾਏ, ਦਫ਼ਤਰ ਲੇਖਾ ਮੰਗੀ ਹੈ ਤਾਂ ਮਾਰ ਮੂੰਹੇ ਮੂੰਹੇ ਖਾਏ, ਦਿਨ ਕੋ ਰੋਜ਼ਾ ਰਖਤ ਹੈ ਰਾਤ ਹੰਤ ਹੈ ਗਾਏ, ਵੇ ਖੂਨ ਵੋ ਬੰਦਗੀ ਕਿਉਂ ਖੁਸ਼ ਹੋਏ ਖੁਦਾਏ। ਸੋ ਸਾਨੂੰ ਵੀ ਚਾਹੀਦਾ ਹੈ ਜੋ ਕੁਛ ਸਾਨੂੰ ਕਬੀਰ ਸਾਹਿਬ ਨੇ ਸਮਝਾਇਆ ਹੈ, ਇਹਨਾਂ ਦੇ ਸਮਝਾਉਣ ਦਾ ਭਾਵ ਇਤਨਾ ਹੀ ਹੈ ਕਿ ਬਾਹਰ ਰੀਤੀ ਰਿਵਾਜ ਦੇ ਨਾਲ ਮੁਕਤੀ ਨਹੀਂ, ਭਾਵੇਂ ਅਸੀਂ ਜਿਤਨੀ ਮਰਜ਼ੀ ਸ਼ੌਕ ਨਾ ਕਰ ਲਈਏ, ਪਿਆਰ ਨਾ ਕਰ ਲਈਏ, ਮੁਕਤੀ ਨਾਮ ਵਿੱਚ ਹੈ। ਤੋ ਸੰਤ ਸਾਡਾ ਛਿਲਕੇ ਨਾਲੋਂ ਬਾਹਰ ਛਿਲਕਾ ਹੈ, ਤੋ ਨਾਮ ਦੀ ਗਿਰੀ ਅੰਦਰ ਹੈ, ਸਾਡਾ ਬਾਹਰੋਂ ਖਿਆਲ ਹਟਾ ਕੇ ਉਹ ਨਾਮ ਨਾ ਲਾਉਣਾ ਚਾਹੁੰਦੇ ਹੈ। ਸੋ ਸਾਨੂੰ ਵੀ ਚਾਹੀਦਾ ਹੈ ਸਭ ਸਮਾਜਾਂ ਦਾ ਅਸੀਂ ਆਦਰ ਕਰੀਏ, ਸਭ ਨਾਲ ਪਿਆਰ ਕਰੀਏ, ਕਿਉਂਕਿ ਉਹ ਆਤਮਾ ਪਸ਼ੂ ਪੰਛੀ ਅੰਦਰ ਵੀ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਹਾਥੀ ਦੀ ਪਕਾਰ ਤੋਂ ਮਗਰੋਂ ਸੁਣਦਾ ਹੈ, ਕੀੜੀ ਦੀ ਉਹ ਪਹਿਲਾਂ ਸੁਣ ਲੈਂਦਾ ਹੈ। ਦਸਾਂ ਗੁਰੂਆਂ ਤੋਂ ਲੈ ਕੇ ਉਹਨਾਂ ਦੇ ਸੇਵਕ ਬੰਦੇ ਬਹਾਦਰ ਤੱਕ ਕਿਸੇ ਨੇ ਵੀ ਲੰਗਰ ਦੇ ਅੰਦਰ ਤਾਮਸ ਭੋਜਨ ਰੂਟ ਵੜ ਨਹੀਂ ਦਿੱਤਾ ਗਾ, ਨਾ ਲਾਲ ਮਿਰਚ, ਨਾ ਪਿਆਜ਼, ਨਾ ਮੀਟ ਹੀ ਵੜਨ ਦਿੱਤਾ।
ਉਹਨਾਂ ਦੇ ਹੁਕਮਨਾਮੇ ਤੋਂ ਅੱਜ ਵੀ ਪਤਾ ਲੱਗਦਾ ਹੈ, ਜੋ ਵੀ ਅੱਜ ਲੰਗਰ ਸਿੱਖਾਂ ਵਿੱਚ ਪਰੰਪਰਾ ਚੱਲੀ ਹੈ ਉਹਦੇ ਵਿੱਚ ਮੀਟ ਨਹੀਂ ਬਣਦਾ ਗਾ। ਲੇਕਿਨ ਜਿਹੜੇ ਸਵਾਦੂ ਲੋਕ ਹੁੰਦੇ ਹੈ ਉਹ ਗੁਰੂ ਸਾਹਿਬ ਦੀਆਂ ਐਸੀਆਂ ਤੁਕਾਂ ਵਿੱਚੋਂ ਚੁਣਦੇ ਹੈ ਬਾਣੀ ਚੋਂ ਕਿ ਮੀਟ ਸ਼ਰਾਬ ਨੂੰ ਤਾਂ ਉਹ ਵੀ ਨਹੀਂ ਪ੍ਰੇਰਦੀਆਂ ਗਈਆਂ, ਲੇਕਿਨ ਢਿੱਲਨ ਪੁਰਸ਼ ਜਿਹੜੇ ਹੁੰਦੇ ਹੈ ਉਹ ਆਪਣੇ ਮਤਵਲ ਦਾ ਅਰਥ ਉਸਦਾ ਕਰਦੇ ਹੈ। ਸੋ ਸਾਨੂੰ ਜਿੰਨਾ ਵੀ ਘੱਟ ਬੋਝਾ ਅਸੀਂ ਚੱਕਾਂਗੇ ਗੁਰੂ ਨਾਨਕ ਨੇ ਕਿਹਾ ਓਨਾ ਹੀ ਅੱਛਾ ਹੈ, ਲਏ ਦਿੱਤੇ ਬਿਨਾਂ ਰਹੇ ਨਾ ਕੋਏ, ਜਿਸਦਾ ਅਸੀਂ ਗੜਦਨ ਕੱਟਾਂਗੇ ਅਗਲੇ ਜਨਮ ਉਹ ਜ਼ਰੂਰ ਉਹਦਾ ਬਦਲਾ ਚੁਕਾਉਣਾ ਪਏਗਾ। ਇਸ ਗੱਲ ਦਾ ਤੁਸੀਂ ਦਿਮਾਗ 'ਚੋਂ ਖਿਆਲ ਹੀ ਕੱਢ ਦਿਓ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਇਹ ਨਿਆਂ ਦਾ ਰਾਜ ਹੈ, ਕਾਲ ਵੀ ਨਿਆਂ ਕਰਦਾ ਹੈ, ਜੋ ਜੈਸਾ ਕਰਦਾ ਹੈ ਵੈਸਾ ਉਹਨੂੰ ਅਵਸ਼ ਭੋਗਣਾ ਪੈਂਦਾ, ਭਰਨਾ ਪੈਂਦਾ ਹੈ। ਤੋ ਕਬੀਰ ਸਾਹਿਬ ਨੇ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਅੱਛੀ ਤਰ੍ਹਾਂ ਦੱਸਿਆ ਕਿ ਮੁਕਤੀ ਨਾਮ ਵਿੱਚ ਹੈ, ਨਾਮ ਸੰਤਾਂ ਪਾਸੋਂ ਮਿਲਦਾ ਹੈ। ਤੋ ਸੰਤ ਨਾਮ ਦੇ ਭੰਡਾਰੀ ਬਣ ਕੇ ਆਉਂਦੇ ਹੈ, ਉਹ ਜੀਵ ਨੂੰ ਸੱਚੇ ਨਾਮ ਦੇ ਨਾਲ ਜੋੜਦੇ ਹੈ, ਇਹੀ ਉਹਨਾਂ ਦੀ ਡਿਊਟੀ ਹੁੰਦੀ ਹੈ। ਉਹ ਮਾਲਕ ਦੇ ਹੁਕਮ ਵਿੱਚ ਆਉਂਦੇ ਹੈ, ਉਹਦੇ ਭੇਜੇ ਹੋਏ ਆਉਂਦੇ ਹੈ, ਹੁਕਮ ਦਾ ਹੀ ਉਹ ਵਰਤਾਰਾ ਕਰਦੇ ਹੈ। ਹਾਂ ਬਾਈ ਕਲ ਆਪਨੇ ਯੇ ਕਹਾ ਕਿ ਨਾਮਦਾਨ ਕੇ ਸਮੇਂ ਹਰ ਜੀਵ ਕਾ ਜੋ ਸੰਚਿਤ ਕਰਮੋ ਕਾ ਲੇਖਾ ਜੋਖਾ ਹੋਤਾ ਹੈ ਵੋ ਗੁਰੂ ਆਪਣੇ ਕਬਜ਼ੇ ਮੇਂ ਲੇ ਲੇਤਾ ਹੈ, ਉਸਕੋ ਗੁਰੂ ਖਤਮ ਕਰ ਦੇਤਾ ਹੈ। ਮੇਰੇ ਸਮਝ ਮੇਂ ਯੇ ਆਇਆ ਥਾ ਕਿ ਜੈਸੇ ਜੈਸੇ ਹਮ ਤਰੱਕੀ ਕਰਤੇ ਹੈ ਅਭਿਆਸ ਕੇ ਅੰਦਰ, ਕੁਛ ਕਰਮ ਐਸੇ ਵੀ ਹੋਤੇ ਹੈ ਜੋ ਹਮੇ ਉਪਰਲੇ ਮੰਡਲੋਂ ਮੇਂ ਜਾ ਕਰਕੇ ਅਭਿਆਸ ਕਰਨੇ ਕੇ ਬਾਅਦ ਮੇਂ ਖਤਮ ਕਰਨੇ ਹੋਤੇ ਹੈ। ਤੋ ਕਿਆ ਵੋ ਕੋਈ ਔਰ ਕਰਮ ਹੋਤੇ ਹੈ ਯਾ ਵੋ ਸੰਚਿਤ ਕਰਮੋ ਮੇਂ ਸੇ ਹੀ ਕੁਛ ਹਿੱਸਾ ਹੋਤਾ ਹੈ? ਔਰ ਦੂਸਰੀ ਬਾਤ ਮੈਂ ਇਹ ਜਾਣਨਾ ਚਾਹਤਾ ਥਾ ਕਿ ਕਿਸ ਤਰੀਕੇ ਸੇ ਸੰਚਿਤ ਕਰਮੋ ਕਾ ਜੋ ਲੇਖਾ ਜੋਖਾ ਹੋਤਾ ਹੈ ਵੋ ਗੁਰੂ ਖਤਮ ਕਰਤਾ ਹੈ। ਕਿਆ ਜਿਸ ਮੁਝੇ ਵੋ ਕਹਾਣੀ ਯਾਦ ਹੈ ਰਾਜਾ ਜਨਕ ਕੀ, ਜਿਸ ਤਰ੍ਹਾਂ ਸੇ ਵੋ ਨਰਕ ਮੇਂ ਗਏ ਥੇ ਔਰ ਤੀਨ ਦਫ਼ਾ ਸਿਮਰਨ ਕਰਨੇ ਸੇ ਉਨ੍ਹੋਂਨੇ ਸਾਰੀ ਆਤਮਾਓਂ ਕੋ ਵਹਾਂ ਸੇ ਮੁਕਤ ਕਰ ਦੀਆ ਥਾ? ਕਿਆ ਇਸ ਤਰ੍ਹਾਂ ਸੇ ਹੀ ਗੁਰੂ ਉਨ ਸੰਚਿਤ ਕਰਮੋ ਕਾ ਜੋ ਖਜ਼ਾਨਾ ਹੋਤਾ ਹੈ ਵੋ ਖਤਮ ਕਰਤਾ ਹੈ, ਯਾ ਕੋਈ ਔਰ ਤਰੀਕਾ ਹੈ ਜਿਸ ਸੇ ਕਿ ਗੁਰੂ ਕਰਮੋ ਕੋ ਖਤਮ ਕਰਤਾ ਹੈ? ਹਾਂ ਬਾਈ ਮੈਨੂੰ ਖੁਸ਼ੀ ਹੈ ਕਿ ਬੜੀ ਇਹ ਗਹਿਰਾਈ ਵਾਲੀ ਬਾਤ ਹੈ ਔਰ ਬੜੀ ਸੋਚਣ ਵਾਲੀ ਹੈ, ਹਰ ਇੱਕ ਦੇ ਫਾਇਦੇ ਵਾਸਤੇ ਹੈ। ਹੋ ਸਕਦਾ ਹੈ ਐਸਾ ਸਵਾਲ ਹੋਰ ਵੀ ਕਈਆਂ ਦੇ ਦਿਮਾਗ ਅੰਦਰ ਘੁੰਮਦਾ ਹੋਵੇ। ਸਭ ਤੋਂ ਪਹਿਲਾਂ ਇਹ ਸੋਚਣ ਦੀ ਗੱਲ ਹੈ, ਸਤਸੰਗੀ ਜੋ ਅੰਦਰ ਜਾਂਦੇ ਹੈ ਉਹ ਇਹਨੂੰ ਭਲੀ ਭਾਂਤ ਸਮਝਦੇ ਹੈ। ਮਹਾਰਾਜ ਸਾਵਣ ਦਾ ਮੈਂ ਕਈ ਦਫ਼ਾ ਹਵਾਲਾ ਦੱਸਿਆ ਸੀਗਾ ਕਿ ਦੁਨੀਆਂ ਕਹਿੰਦੀ ਹੈ ਕਿ ਅਸੀਂ ਸੰਤਾਂ ਦੇ ਪਾਸ ਜਾਂਦੇ ਹਾਂ, ਲੇਕਿਨ ਜਦ ਉਹ ਸੰਤਾਂ ਦੇ ਪਾਸ ਆ ਕੇ ਨਾਮਦਾਨ ਪ੍ਰਾਪਤ ਕਰਦੇ ਹੈ, ਉਸ ਨੂੰ ਕਮਾਈ ਕਰਦੇ ਹੈ,
ਅੰਦਰ ਜਾ ਕੇ ਖੁਦ ਦੇਖਦੇ ਹੈ ਕਿ ਸੰਤਾਂ ਦੇ ਪਾਸ ਜਾਂਦੇ ਸੀ ਜਾਂ ਸੰਤ ਖਿੱਚਦੇ ਸਨ। ਔਰ ਦੂਸਰਾ, ਜਦ ਤੱਕ ਉਹ ਅੰਦਰ ਉੱਪਰਲੇ ਮੰਡਲਾਂ 'ਚ ਨਹੀਂ ਜਾਂਦੇ, ਉਹਨਾਂ ਚਿਰ ਉਹ ਕਹਿੰਦੇ ਆ ਜੀ ਅਸੀਂ ਅਭਿਆਸ ਕਰਦੇ ਹਾਂ, ਅਸੀਂ ਭਜਨ ਕਰਦੇ ਹਾਂ। ਜਦ ਉੱਪਰ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਥੋਂ ਕੋਈ ਭਜਨ ਕਰਾਉਂਦਾ ਸੀਗਾ, ਸਾਨੂੰ ਕੋਈ ਉਠਾ ਵੀ ਰਿਹਾ ਸੀਗਾ, ਸਾਨੂੰ ਕੋਈ ਅੰਦਰੋਂ ਉਦਮ ਵੀ ਬਖਸ਼ ਰਿਹਾ ਸੀਗਾ। ਮੈਂ ਇਹ ਵੀ ਦੱਸਦਾ ਹੁੰਦਾ ਹਾਂ ਕਿ ਸੰਤ ਸਤਿਗੁਰੂ ਨਾਮਦਾਨ ਦੇਣ ਦੇ ਵਕਤ ਇਸ ਕਿਸਮ ਦਾ ਸਾਡੇ ਅੰਦਰ ਅਰੇਂਜਮੈਂਟ ਕਰਦੇ ਹੈ ਕਿ ਕੁਛ ਸਾਡੇ ਕਰਮ ਵੀ ਕੱਟਦੇ ਰਹਿੰਦੇ ਹੈ, ਕੁਛ ਅਸੀਂ ਤਰੱਕੀ ਵੀ ਕਰਦੇ ਰਹਿੰਦੇ ਹਾਂ। ਕਈ ਐਸੇ ਕਰਮ ਵੀ ਜ਼ਿੰਦਗੀ ਦੇ ਵਿੱਚ ਪ੍ਰਲਭਤ ਪ੍ਰਾਪਤ ਪੈਦਾ ਹੁੰਦੇ ਹੈ, ਉੱਗਦੇ ਹੈ ਵਕਤ 'ਤੇ ਆ ਕੇ, ਜਿਹੜੇ ਕਿ ਬਰਦਾਸ਼ਤ ਤੋਂ ਬਾਹਰ ਹੁੰਦੇ ਹੈ। ਜਦ ਅਸੀਂ ਭਜਨ ਅਭਿਆਸ ਕਰਦੇ ਹਾਂ ਤਾਂ ਉਸ ਵਕਤ ਦੀ ਤਿਆਰੀ ਵਿੱਚ ਹੁੰਦੇ ਹਾਂ ਤਾਂ ਕਿ ਆਤਮਾ ਦੇ ਅੰਦਰ ਤਾਕਤ ਆਵੇ ਅਤੇ ਉਸ ਨੂੰ ਅਸੀਂ ਬਰਦਾਸ਼ਤ ਕਰ ਸਕੀਏ। ਮੈਂ ਇਹ ਵੀ ਦੱਸਦਾ ਹੁੰਦਾ ਕਿ ਜਦ ਜੱਖੜ ਆਉਂਦਾ ਜ਼ੋਰਦਾਰ, ਬੜੇ ਬੜੇ ਭੇਡ ਉਖਾੜ ਦਿੰਦਾ ਹੈ, ਇਸੇ ਤਰ੍ਹਾਂ ਜਦ ਕਰਮਾਂ ਦਾ ਦੇਗ ਵਕਤ 'ਤੇ ਆ ਕੇ ਘਟਨਾ ਘਟਦੀ ਹੈ, ਉਸ ਵੇਲੇ ਅਸੀਂ ਚਲਿਆਨੇ ਹਾਂ, ਦੁਖੀ ਹੁੰਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਉਹ ਕਰਮ ਬਰਦਾਸ਼ਤ ਤੋਂ ਬਾਹਰ ਹੁੰਦੇ ਹੈ। ਐਸੇ ਵਕਤਾਂ ਦੇ ਵਿੱਚ ਬਹੁਤ ਸਾਰੇ ਪ੍ਰੇਮੀ ਜਿਹੜੇ ਅਭਿਆਸ ਨਹੀਂ ਕਰਦੇ ਹੁੰਦੇ, ਉਹ ਡੋਲ ਵੀ ਜਾਂਦੇ ਹੈ, ਖੁਸ਼ਕ ਵੀ ਹੋ ਜਾਂਦੇ ਹੈ, ਲੇਕਿਨ ਜੋ ਕਮਾਈ ਕਰਦੇ ਹੈ ਉਹ ਇਸ ਰਾਜ ਨੂੰ ਸਮਝਦੇ ਹੈ। ਤਕਲੀਫ ਉਹਨਾਂ ਨੂੰ ਵੀ ਹੈ, ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਕਿ ਜੀ ਸਾਡੇ ਇਹ ਦੁੱਖ ਦੂਰ ਕਰੋ, ਬਲਕਿ ਉਹ ਭਾਣੇ ਦੇ ਅੰਦਰ ਮਜ਼ਬੂਤ ਰਹਿੰਦੇ ਹੈ। ਉਹਨਾਂ ਨੂੰ ਪਤਾ ਹੈ ਕਿ ਜਿਤਨਾ ਕਸ਼ਟ ਆ ਰਿਹਾ ਉਨੀ ਸਾਡੀ ਸਫਾਈ ਹੋ ਰਹੀ ਹੈ। ਐਸੇ ਲੋਕਾਂ ਨੇ ਹੀ ਸਵਾਮੀ ਜੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਦੁੱਖ ਦੀ ਘੜੀ ਨੂੰ ਗਨੀਮਤ ਸਮਝੋ, ਕਿਉਂਕਿ ਸੁੱਖ ਦੇ ਅੰਦਰ ਮਨ ਗਾਫਲ ਹੁੰਦਾ ਹੈ, ਦੁੱਖ ਦੇ ਅੰਦਰ ਇਹ ਨਰਮ ਹੋਇਆ ਹੁੰਦਾ ਹੈ। ਜਿਹੜੇ ਹੁਣ ਅੰਦਰ ਜਾਂਦੇ ਆ ਉਹ ਕਹਿੰਦੇ ਆ ਕਿ ਉਸ ਵਕਤ ਫਾਇਦਾ ਉਠਾਓ ਅਭਿਆਸ ਕਰਨ ਦਾ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਹਰ ਸਤਸੰਗੀ ਦਾ ਐਸਾ ਖਿਆਲ ਨਹੀਂ ਹੁੰਦਾ ਗਾ, ਮਾਮੂਲੀ ਜੀ ਤਕਲੀਫ ਤੋਂ ਘਬਰਾ ਕੇ ਬੇਨਤੀਆਂ ਕਰਦਾ ਹੈ ਔਰ ਅਰਦਾਸਾਂ ਕਰਦਾ ਹੈ। ਅਗਰ ਉਹਦੀ ਉਹੋ ਜਿਹੇ ਟਾਈਮ 'ਤੇ ਮਦਦ ਨਾ ਹੋਵੇ ਤਾਂ ਉਹ ਖੁਸ਼ਕ ਹੋ ਜਾਂਦਾ ਹੈ। ਲੇਕਿਨ ਇਹ ਸਭ ਕੁਛ ਸਮਝ ਸਾਨੂੰ ਅੰਦਰ ਜਾ ਕੇ ਆਉਂਦੀ ਹੈ ਕਿ ਗੁਰੂ ਕਿਸ ਤਰ੍ਹਾਂ ਦਇਆ ਕਰਦਾ ਹੈ, ਕੀ ਉਹਦਾ ਤਰੀਕਾ ਹੈ ਦਇਆ ਕਰਨ ਦਾ, ਕਿਸ ਤਰ੍ਹਾਂ ਉਹ ਸਾਡੇ ਕਰਮ ਕੱਟਦਾ ਹੈ। ਲੇਕਿਨ ਜਦ ਤੱਕ ਅਸੀਂ ਬਾਹਰ ਬੈਠੇ ਹਾਂ, ਥੋੜ੍ਹਾ ਬਹੁਤਾ ਸੁਣ ਕੇ ਵਿਸ਼ਵਾਸ ਵੀ ਆਉਂਦਾ ਹੈ, ਧੀਰਜ ਵੀ ਬਣਦੇ ਹਾਂ, ਸਾਨੂੰ ਟਾਰਸ ਵੀ ਮਿਲਦੀ ਹੈ, ਲੇਕਿਨ ਸੱਚਾਈ ਦਾ ਪਤਾ ਲਾਉਣ ਵਾਸਤੇ ਸੰਤ ਹਮੇਸ਼ਾ ਹੀ ਜ਼ੋਰ ਦਿੰਦੇ ਹੈ ਕਿ ਅੰਦਰ ਜਾਓ, ਸੱਚਾਈ ਨੂੰ ਤੁਸੀਂ ਖੁਦ ਹੀ ਦੇਖੋ। ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਬਾਬਾ ਬਿਸ਼ਨ ਦਾਸ ਕੋਲ ਦੋ ਸ਼ਬਦ ਦਾ ਭੇਸ ਸੀ, ਥੱਲੇ ਵਾਲੇ ਦੋਨਾਂ ਮੰਡਲਾਂ ਦਾ ਉਹਨਾਂ ਦਾ ਪ੍ਰੈਕਟੀਕਲ ਸੀ, ਉਹ ਬੜੇ ਅੱਛੇ ਸਨ। ਜਦ ਉਹਨਾਂ ਨੇ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਇਹਨਾਂ ਦਾ ਪ੍ਰੈਕਟੀਕਲ ਕਰਾਇਆ, ਪਹਿਲਾਂ ਤਾਂ ਉਹਨਾਂ ਨੇ ਮੇਰੇ ਜਨਮ ਬਾਰੇ, ਪਿਛਲੇ ਬਾਰੇ ਜਾਣਕਾਰੀ ਦਿੱਤੀ, ਬਲਕਿ ਉਹ ਸੱਚਾਈ ਵਿਖਾਈ। ਉਸ ਤੋਂ ਮਗਰੋਂ ਜਿਹਦੇ ਨਾਲ ਮੇਰਾ ਦੇਣਾ ਲੈਣਾ ਸੀਗਾ ਉਹਨਾਂ ਨੂੰ ਅੱਖਾਂ ਦੇ ਅੱਗੇ ਲਿਆਂਦਾ, ਜਿੰਨਾ ਜਿੰਨਾ ਉਹਨਾਂ ਦਾ ਹਿਸਾਬ ਕਿਤਾਬ ਸੀ
ਉਹ ਵੀ ਦਵਾ ਦਿੱਤਾ। ਇਹ ਖਾਸ ਉਹਨਾਂ ਦੀ ਦਇਆ ਸੀ। ਔਰ ਜਿਸ ਮਾਤਾ ਪਿਤਾ ਨੇ ਮੈਨੂੰ ਮੇਰਾ ਪਾਲਣ ਪੋਸ਼ਣ ਕੀਤਾ ਸੀ ਉਹਨਾਂ ਦੇ ਮੁਤਾਲਕ ਮੈਨੂੰ ਖੁਦ ਨੂੰ ਗਿਆਨ ਹੋ ਗਿਆ ਸੀਗਾ ਬਾਬਾ ਬਿਸ਼ਨ ਦਾਸ ਦੀ ਦਇਆ ਨਾਲ ਕਿ ਮੈਂ ਇਹਨਾਂ ਦਾ ਕਿੰਨਾ ਚਿਰ ਦੇਣਾ ਹੈ, ਮੈਂ ਇਹਨਾਂ ਦੇ ਵਿੱਚ ਕਿਉਂ ਆਇਆ ਹੈ, ਇਹਨਾਂ ਨੇ ਮੇਰਾ ਕੀ ਦੇਣਾ ਸੀਗਾ। ਔਰ ਘਰ ਛੱਡਣ ਤੋਂ ਕਈ ਸਾਲ ਪਹਿਲਾਂ ਮੈਂ ਉਹਨਾਂ ਨੂੰ ਦੱਸਦਾ ਸੀਗਾ ਕਿ ਆਹ ਤੁਹਾਡਾ ਮੇਰਾ ਸਰਬੰਧ ਹੈ, ਮੈਂ ਇੰਨਾ ਚਿਰ ਤੁਹਾਡੇ ਘਰੇ ਰਹਿਣਾ ਹੈ, ਬਾਅਦ ਵਿੱਚ ਮੈਂ ਮਾਲਕ ਦੀ ਯਾਦ ਵਿੱਚ ਲੱਗ ਜਾਣਾ। ਜਦ ਇਤਨਾ ਨੌਲੇਜ ਸਿਰਫ ਦੂਸਰੀ ਮੰਜ਼ਿਲ ਵਾਲੇ ਮਹਾਤਮਾ ਨੂੰ ਹੋ ਸਕਦਾ ਹੈ, ਤੁਸੀਂ ਸੋਚ ਕੇ ਦੇਖ ਸਕਦੇ ਹੋ ਤੁਹਾਨੂੰ ਰਸਤਾ ਜੋ ਮਿਲਿਆ ਹੈ ਉਹ ਪੂਰਾ ਰਸਤਾ ਮਿਲਿਆ ਹੋਇਆ ਹੈ ਔਰ ਪੂਰੇ ਸੰਤ ਮਿਲੇ ਹੋਏ ਹੈ। ਅਗਰ ਤੁਸੀਂ ਆਲਸ ਨਾ ਕਰੋ, ਤੁਸੀਂ ਖੁਦ ਹੀ ਸੋਚ ਕੇ ਦੇਖ ਸਕਦੇ ਹੋ ਕਿ ਸਾਨੂੰ ਕਿੰਨਾ ਨੌਲੇਜ ਹੋ ਸਕਦਾ ਹੈ। ਅਗਰ ਕੋਈ ਸਤਸੰਗੀ ਦੀ ਇਤਨੀ ਚੜ੍ਹਾਈ ਹੁੰਦੀ ਹੈ ਜਾਂ ਸੰਤ ਸਤਿਗੁਰੂ ਜੋ ਹੁੰਦੇ ਹੈ ਐਸੇ ਲੋਕ ਸੰਜਮ ਵਿੱਚ ਰਹਿੰਦੇ ਹੈ, ਧੀਰਜ ਅਨੁਸ਼ਾਸਨ ਇਹਨਾਂ ਕੋਲ ਕਮਾਲ ਦਾ ਹੁੰਦਾ ਹੈ, ਕੁਦਰਤ ਕਾਨੂੰਨ ਦੇ ਖਿਲਾਫ ਕਿਸੇ ਵੀ ਘਟਨਾ ਨੂੰ ਇਹ ਰੋਕਦੇ ਨਹੀਂ, ਬੇਸ਼ੱਕ ਇੱਥੋਂ ਤੁਰ ਕੇ ਉੱਥੇ ਕੋਈ ਐਕਸੀਡੈਂਟ ਹੋ ਜਾਵੇ। ਐਸੀਆਂ ਗੱਲਾਂ ਇਹ ਬਿਲਕੁਲ ਮੋਜੇ ਨਹੀਂ ਦਿਖਾਉਂਦੇ ਗੇ, ਨਾ ਇਹ ਆਪਣੇ ਵਾਸਤੇ ਕੋਈ ਐਸਾ ਘਟਨਾ ਨੂੰ ਰੋਕਣ ਵਾਸਤੇ ਕੁਛ ਕਰਦੇ ਹੈ। ਜੋ ਕੁਦਰਤ ਕਾਨੂੰਨ ਦੇ ਮੁਤਾਬਕ ਘਟਨਾ ਘਟਦੀ ਹੈ ਉਸ ਨੂੰ ਬੜੇ ਆਸਾਨੀ ਨਾਲ ਸਵੀਕਾਰ ਕਰਦੇ ਹੈ। ਸਾਵਣ ਦਾ ਨਾਮ ਲੈਦਾ ਇੱਕ ਸੈਂਸੀ ਸੀ, ਸੈਂਸੀ ਅੰਤ ਜਾਣਦੇ, ਉਹਦੇ ਘਰ ਵਾਲੀ ਕਾਫੀ ਲੜਾਕੀ ਸੀ, ਵੱਧ ਤੋਂ ਵੱਧ ਉਹ ਪਰੇਸ਼ਾਨ ਉਸ ਨੂੰ ਕਰਦੀ ਸੀ। ਔਰ ਸਾਵਣ ਦੇ ਪਾਸ ਉਹਨਾਂ ਨੇ ਗੱਲੀ ਗੱਲੀ ਕਿਤੇ ਗੱਲ ਚਲਾਈ, ਕਹਿੰਦਾ ਜੀ ਉਹ ਭਜਨ ਅਭਿਆਸ ਵੀ ਨਹੀਂ ਕਰਨ ਦਿੰਦੀ, ਕਦੇ ਕਦੇ ਡੰਡੇ ਵੀ ਮਾਰਦੀ ਹੈ। ਔਰ ਸੈਂਸੀ ਅੱਛੀ ਕਮਾਈ ਕਰਦਾ ਸੀ। ਤੁਹਾਨੂੰ ਪਤਾ ਹੈ ਅਗਰ ਕੋਈ ਅਸੀਂ ਕਮਾਈ ਕਰਕੇ ਸੰਤਾਂ ਤੋਂ ਕੋਈ ਰੂਹਾਨੀ ਸਵਾਲ ਪੁੱਛੀਏ, ਉਹ ਆਪਣੀ ਮੌਜ ਦੇ ਵਿੱਚ ਸੇਵਕ ਨੂੰ ਕਦੇ ਕਦੇ ਜ਼ਰੂਰ ਉਹ ਦਿਆਮੇਰ ਕਰ ਦਿੰਦੇ ਹੈ, ਇਸ਼ਾਰਾ ਕਰ ਦਿੰਦੇ ਹੈ, ਉਹਨੂੰ ਕਹਿਣ ਲੱਗੇ ਵੀ ਦੇਖ ਪਿਆਰਿਆ ਤੂੰ ਪਿਛਲੇ ਜਨਮ ਦੇ ਅੰਦਰ ਕੌਂ ਹੁੰਦਾ ਸੀਗਾ, ਇਹ ਗਧੀ ਦੀ ਜੂਨ ਵਿੱਚ ਸੀ, ਤੂੰ ਇੱਧਰ ਉੱਧਰ ਫਿਰਦਾ ਰਹਿੰਦਾ ਔਰ ਇਹ ਧੋਬੀਆਂ ਦੇ ਪਾਸ ਹੁੰਦੀ ਸੀ ਔਰ ਇਹਦੀ ਜਿਹੜੀ ਢੂਹੀ ਸੀ ਉਹ ਉਚੜੀ ਹੋਈ ਸੀ ਜਿਸਨੂੰ ਲਾਗਾ ਵੀ ਬੋਲਦੇ, ਔਰ ਤੂੰ ਜਦੋਂ ਦਰਖਤਾਂ ਤੇ ਬੈਠੇ ਨੇ ਚੁੰਝ ਆਪਦੀ ਗੰਦ 'ਚ ਮਾਰ ਕੇ ਸਾਫ ਕਰਨੀ ਹੁੰਦੀ ਉਦੋਂ ਇਹਦੀ ਢੂਹੀ ਤੇ ਬੈਠ ਕੇ ਆ ਕੇ ਚੁੰਝ ਮਾਰਦਾ ਉਸ ਜਗ੍ਹਾ 'ਚ, ਜਾਂ ਆਪ ਉਹਦੇ ਮੀਟ ਦਾ ਸਵਾਦ ਲਾਉਣ ਦੀ ਖਾਤਰ ਤੂੰ ਆ ਕੇ ਚੁੰਝਾ ਮਾਰਦਾ ਸੈਂ। ਹੁਣ ਦੇਣਾ ਲੈਣਾ ਜਿਹੜਾ ਹੈ ਉਹ ਹਰ ਇੱਕ ਨੂੰ ਪੈਂਦਾ ਹੈ। ਹੁਣ ਇਹ ਤੇਰੀ ਔਰਤ ਬਣੀ ਹੈ, ਤੂੰ ਇਹਦਾ ਪਤੀ ਬਣਿਆ ਹੈ। ਇਹ ਲੇਖਾ ਭਰਾਵਾ ਅਗਰ ਇਸੇ ਟਾਈਮ 'ਚ ਨਿਬੇੜ ਜਾਵੇ ਤਾਂ ਬੜਾ ਅੱਛਾ ਰਹੇਗਾ। ਉਹ ਪ੍ਰੇਮੀ ਤਕਰੀਬਨ 15 ਕੁ ਸਾਲ ਪਹਿਲਾਂ ਮੈਂ ਸੰਗਰ ਗਏ ਕੁਛ ਦਿਨ ਠਹਿਰਿਆ ਸੀਗਾ ਔਰ ਉਹ ਆਪਣਾ ਡੇਰਾ ਚੁੱਕ ਕੇ ਔਰ ਕਿਸੇ ਜਗ੍ਹਾ ਉਹਨਾਂ ਨੇ ਜਾਣਾ ਸੀ। ਉਹ ਔਰਤ ਨੇ ਉਸਦੇ ਕਈ ਸੋਟੀਆਂ ਮਾਰੀਆਂ ਔਰ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚ ਡੰਡਾ ਦੇ ਗਏ।
ਮੈਂ ਕਾਫੀ ਕੁਛ ਦੇਖਿਆ। ਅਖੀਰ ਮੈਂ ਬੈਠ ਗਿਆ ਉੱਥੇ। ਜਦੋਂ ਉਹ ਤੁਰੇ, ਉਹਨਾਂ ਦੇ ਮਗਰੇ ਤੁਰ ਪਿਆ, ਲੇਕਿਨ ਉਹਨਾਂ ਨੂੰ ਨਹੀਂ, ਮੈਂ ਆਪਣੇ ਆਪ ਨੂੰ ਜ਼ਾਹਰ ਹੋਣ ਦਿੱਤਾ ਵੀ ਮੈਂ ਤੁਹਾਡੇ ਮਗਰ ਕਿਉਂ ਲੱਗਿਆ ਹਾਂ। ਆਖਿਰ ਮੈਂ ਕਿਲੋਮੀਟਰ ਉਹਨਾਂ ਦੇ ਮਗਰ ਗਿਆ। ਅਖੀਰ ਉਹਨਾਂ ਨੇ ਇਹ ਸੋਚਿਆ ਕਿ ਇਹ ਬੰਦਾ ਸਾਡੇ ਮਗਰ ਕਿਉਂ ਲੱਗਿਆ ਹੈ। ਉਹ ਕਹਿਣ ਲੱਗੇ ਵੀ ਬੰਦੇ ਰੱਬ ਦੇ, ਤੂੰ ਸਾਡੇ ਮਗਰ ਕਿਉਂ ਲੱਗਿਆ ਹੈ, ਕੀ ਪੁੱਛਣਾ ਚਾਹੁੰਦਾ ਜਾਂ ਕੀ ਸਾਡੀ ਤਹਿਕੀਕਾਤ ਕਰਦਾ ਹੈ। ਮੈਂ ਕਿਹਾ ਵੀ ਪਿਆਰਿਓ, ਮੈਂ ਇਹ ਦੇਖਦਾ ਵੀ ਤੂੰ ਬੋਲਦਾ ਬਿਲਕੁਲ ਨਹੀਂ ਗਾ, ਔਰ ਉਹ ਇਨਸਾਨੀਅਤ ਵਾਲੀ ਕੋਈ ਬਾਤ ਹੀ ਨਹੀਂ ਕਰਦੀ ਗੀ, ਤੇਰੇ ਹਲਕ ਦੇ ਅੰਦਰ, ਮੂੰਹ ਦੇ ਅੰਦਰ ਡੰਡਾ ਦਿੰਦੀ ਹੈ। ਅਗਰ ਤੂੰ ਮੂੰਹ ਖੋਲ ਦੇਵੇਂ ਤੇ ਹੋ ਸਕਦਾ ਤੇਰਾ ਗਲਾ ਵੀ ਉਪਾੜ ਦੇਵੇ, ਤੂੰ ਬਿਲਕੁਲ ਹੀ ਨਹੀਂ ਬੋਲਦਾ ਗਾ। ਉਹ ਦੋਨਾਂ ਨੇ ਮੈਨੂੰ ਬਿਠਾ ਲਿਆ, ਕਹਿਣ ਲੱਗੇ ਤੂੰ ਸਿਆਣਾ ਬੈਠ ਜਾ। ਉਹਨੇ ਗੱਲ ਦੱਸੀ ਕਿ ਅੱਜ ਤੋਂ 40 ਸਾਲ ਪਹਿਲਾਂ ਸਾਨੂੰ ਸਾਵਣ ਸਿੰਘ ਮਹਾਰਾਜ ਤੋਂ ਨਾਮਦਾਨ ਮਿਲਿਆ ਸੀ। ਮੈਂ ਆਪਣੀ ਵਿਥਿਆ ਸੁਣਾਈ ਉਹਨਾਂ ਦੇ ਅੱਗੇ, ਉਹਨਾਂ ਨੇ ਬਈ ਸਾਨੂੰ ਆਹ ਕਹਾਣੀ ਦੱਸੀ ਸੀ। ਮੈਂ ਉਹਨਾਂ ਤੇ ਵਿਸ਼ਵਾਸ ਕਰਦਾ ਸੀਗਾ, ਮੈਂ ਆਪਦਾ ਭਜਨ ਸਿਮਰਨ ਉਸੇ ਤਰ੍ਹਾਂ ਕਰਦਾ, ਇਸ ਨੂੰ ਪਤਾ ਮੈਂ ਮੀਟ ਨਹੀਂ ਖਾਂਦਾ, ਸ਼ਰਾਬ ਨਹੀਂ ਪੀਂਦਾ। ਔਰ ਇਹ ਹਾਲਤ ਮੇਰੀ ਇੱਕ ਦਿਨ ਦੀ ਨਹੀਂ, ਤਕਰੀਬਨ ਹਰ ਰੋਜ਼ ਹੀ ਥੋੜ੍ਹੀ ਬਹੁਤੀ ਚੱਲਦੀ ਹੈ, ਨਹੀਂ ਦੂਜੇ ਤੀਜੇ ਦਿਨ ਤਾਂ ਜ਼ਰੂਰ ਹੀ ਹੁੰਦੀ ਹੈ। ਅਤੇ ਮੈਂ ਉਹ ਕਰਮ ਦਾ ਜਿਹੜਾ ਆਪਦਾ ਹੈ ਉਹਨੂੰ ਦਿਲ ਲਾ ਕੇ ਭੋਗ ਰਿਹਾ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਜਿਹੜੇ ਅੰਦਰ ਜਾਂਦੇ ਹੈ ਉਹ ਇਹ ਸੱਚਾਈ ਨੂੰ ਸਮਝਦੇ ਹੈ ਕਿ ਇਹ ਪਰਿਵਾਰ ਜਿਤਨੇ ਵੀ ਅਸੀਂ ਬਣਾਉਂਦੇ ਹਾਂ, ਯਾਰੀ ਦੋਸਤੀ ਸਾਡੇ ਨਾਲ ਸਾਡੀ ਨਿਭਦੀ ਹੈ ਜਾਂ ਖਟਪਟੀ ਹੁੰਦੀ ਹੈ, ਜਿਸ ਦੇ ਵੀ ਨਾਲ ਮਹਾਰਾਜ ਸਾਵਣ ਸਿੰਘ ਕਹਿੰਦੇ ਸੀ, ਇਹ ਤੁਹਾਡੇ ਪਿਛਲੇ ਦੇਣੇ ਲੈਣੇ ਦੇ ਹਿਸਾਬ ਦੇ ਮੁਤਾਬਕ ਹੁੰਦੀ ਹੈ। ਜੇ ਕਿਸੇ ਨਾਲ ਅੱਛਾ ਦੇਣਾ ਲੈਣਾ ਤਾਂ ਪਿਆਰ ਹੋਏਗਾ, ਅਗਰ ਜੇ ਤੁਹਾਡਾ ਉਹਦੇ ਨਾਲ ਦੇਣਾ ਲੈਣਾ ਪਿਛਲੇ ਜਨਮਾਂ ਦੇ ਵਿੱਚ ਵਿਗੜਿਆ ਹੋਇਆ ਹੈ ਤੇ ਉਹਦੇ ਨਾਲ ਅਵਸ਼ ਤੁਹਾਡੀ ਖਟਪਟੀ ਹੋਏਗੀ। ਮਿਸਟਰ ਉਬਰਾਏ ਦੀ ਕਿਤਾਬ ਅੰਦਰ ਆਪ ਸਭ ਨੇ ਸੁੰਦਰਦਾਸ ਦੀ ਕਹਾਣੀ ਪੜ੍ਹੀ ਹੋਏਗੀ। ਉਹ 20 ਸਾਲ ਮੇਰੇ ਪਾਸ ਰਿਹਾ। ਉਹ ਮਹਾਰਾਜ ਸਾਵਣ ਸਿੰਘ ਦਾ ਖਾਸ ਪਿਆਰਾ ਸੀ। ਕਾਫੀ ਵਕਤ ਉਹਨਾਂ ਦੇ ਪਾਸ ਰਹਿ ਕੇ ਸੇਵਾ ਕਰਦਾ ਰਿਹਾ ਔਰ ਇੱਕ ਦਿਨ ਮੌਜ ਦੇ ਵਿੱਚ ਆ ਕੇ ਉਹਨਾਂ ਨੂੰ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਤੇਰੀ ਵਾਈਫ ਇਹ ਸੰਸਾਰ ਛੱਡ ਜਾਏਗੀ, ਤੇਰਾ ਬੱਚਾ ਜਵਾਨ ਹੋਏਗਾ ਉਹ ਵੀ ਸੰਸਾਰ ਛੱਡ ਜਾਏਗਾ, ਲੜਕੀ ਹੈ ਉਹ ਵੀ, ਤੇਰਾ ਦਿਮਾਗ ਖਰਾਬ ਹੋ ਜਾਏਗਾ, ਕਤਲ ਹੋ ਜਾਏਗਾ, ਤੂੰ ਉਹ ਡੰਡ ਭੁਗਤ ਲਈ, ਬੇਸ਼ੱਕ ਤੈਨੂੰ ਕੋਈ ਛਡਾਵੇ ਹੀ। ਸੁੰਦਰਦਾਸ ਦੀ ਰਾਜੇ ਫਰੀਦਕੋਟੀਏ ਨਾਲ ਅੱਛੀ ਮੇਲ ਮੁਲਾਕਾਤ ਸੀ, ਉਸ ਨੂੰ ਸਾਰੀ ਕਹਾਣੀ ਦਾ ਪਤਾ ਸੀਗਾ ਕਿ ਬਾਬੇ ਦਾ ਦਿਮਾਗ ਠੀਕ ਨਹੀਂ ਸੀਗਾ, ਅਪਸੈਟ ਸੀ, ਘਰ ਅੰਦਰ ਬਹੁਤ ਕੁਛ ਗੁਜ਼ਰ ਚੁੱਕਿਆ ਹੈ। ਲੇਕਿਨ ਸੁੰਦਰਦਾਸ ਬਿਲਕੁਲ ਮੁਕਰਿਆ ਨਹੀਂ, ਬਲਕਿ ਜੱਜ ਨੂੰ ਕਹਿਣ ਲੱਗਿਆ ਵੀ ਦੇਖ ਜਦ ਮੈਂ ਕੀਤਾ ਹੈ ਤੂੰ ਮੈਨੂੰ ਸਜ਼ਾ ਕਿਉਂ ਨਹੀਂ ਦਿੰਦਾ। ਉਹਨੂੰ ਦੱਸਿਆ ਕਿ ਮੇਰੇ ਗੁਰੂ ਦੇਵ ਨੇ ਕਿਹਾ ਸਜ਼ਾ 20 ਸਾਲ ਦੀ ਤੂੰ ਕਰ, 6 ਸਾਲ ਮੈਂ ਕੱਟੂੰਗਾ। ਆਖਰ ਹਿੰਦੁਸਤਾਨ ਦੇ ਅੰਦਰ 20 ਸਾਲੇ ਕੈਦੀ ਛੱਡੇ ਸਨ ਜਦ ਹਿੰਦੁਸਤਾਨ ਪਾਕਿਸਤਾਨ ਆਜ਼ਾਦ ਹੋਇਆ ਹੈ, ਉਦੋਂ ਉਹਨੂੰ 6 ਸਾਲ ਹੋਏ ਸੀਗੇ, ਉਹ ਆਪਦੇ ਕੱਟ ਕੇ ਆਇਆ ਸੀ। ਜਦ ਇਹ ਘਟਨਾ ਸਾਵਣ ਨੇ ਉਸ ਨੂੰ ਸੇਵਾ ਕਰਦੇ ਨੂੰ ਇੱਕ ਦਿਨ ਬਤਾਈ ਸੀ, ਉਸ ਵੇਲੇ ਸੁੰਦਰਦਾਸ ਦੀ ਸ਼ਾਦੀ ਨਹੀਂ ਹੋਈ ਸੀ।
ਸੁੰਦਰ ਦਾ ਸ਼ਾਦੀ ਕਰਾਉਣੀ ਨਹੀਂ ਚਾਹੁੰਦਾ ਸੀ ਕਿਉਂਕਿ ਉਸਨੂੰ ਘਟਨਾ ਦਾ ਗਿਆਨ ਸੀਗਾ। ਤੋ ਹੱਸ ਕੇ ਇਹ ਵੀ ਕਿਹਾ ਸੀਗਾ, ਸੁੰਦਰਦਾਸ ਦੱਸਦਾ ਹੁੰਦਾ ਸੀਗਾ ਕਿ ਮੈਂ ਕਿਹਾ ਜੀ ਹਾਲ ਆਪਾਂ ਸ਼ਾਦੀ ਨਹੀਂ ਕਰਾਉਂਦੇ, ਕਿਉਂ ਐਸਾ ਹੋਏਗਾ? ਲੇਕਿਨ ਇਸ ਕਿਸਮ ਦੇ ਹਾਲਾਤ ਬਣ ਗਏ, ਉਸਦੀ ਫੈਮਿਲੀ ਵਾਲਿਆਂ ਨੇ ਇਹ ਕਿਹਾ ਵੀ ਜਾਂ ਅਸੀਂ ਖੂਹ ਦੇ ਵਿੱਚ ਪੈਂਦੇ ਹੈ, ਪੰਜ ਫੈਮਿਲੀ ਮੈਂਬਰ ਸਨ, ਜਾਂ ਤੂੰ ਸ਼ਾਦੀ ਕਰਾ। ਜਿਹੜੀ ਕਿ ਉਸਨੂੰ ਸ਼ਾਦੀ ਕਰਾਉਣੀ ਪਈ ਔਰ ਸਾਰੀਆਂ ਘਟਨਾ ਘਟੀਆਂ। ਔਰ ਕਿਉਂ ਉਹ ਅਡੋਲ ਰਿਹਾ, ਉਸ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਆਖਰੀ ਵਕਤ ਤੱਕ ਕਿ ਉਸਨੂੰ ਇਸ ਘਟਨਾ ਦਾ ਗਿਆਨ ਸੀ, ਮੈਂ ਉਸਦਾ ਅੱਖੀ ਦੇਖਿਆ ਹਾਲ ਜੋ ਮੇਰੇ ਨਾਲ ਅਭਿਆਸ ਕਰਦਾ ਸੀ। ਉਸ ਕਿਤਾਬ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਉਸਦੀ ਅਭਿਆਸ ਕਰਦੇ ਦੀ ਲੱਤ ਸੜ ਗਈ ਸੀਗੀ, ਵੱਧ ਤੋਂ ਵੱਧ ਉਸਦੀ ਤਕਲੀਫ ਸੀ। ਲੇਕਿਨ ਉਹਦੇ 8 ਘੰਟੇ ਦੀ ਸਾਡੀ ਬੈਠਕ ਸੀ, ਉਹਨੇ ਇਹ ਹੀ ਕਿਹਾ ਉੱਠ ਕੇ ਕਿ ਜਿੰਨਾ ਅੱਜ ਰਸ ਅਭਿਆਸ ਅੰਦਰ ਆਇਆ ਹੈ ਜ਼ਿੰਦਗੀ ਭਰ 'ਚ ਕਦੇ ਨਹੀਂ ਆਇਆ ਗਾ। ਔਰ ਜੋ ਕੁਛ ਉਸ ਕਿਤਾਬ ਦੇ ਅੰਦਰ ਸੁੰਦਰਦਾਸ ਦਾ ਇੰਟਰਵਿਊ ਬਿਆਨ ਕੀਤਾ ਹੈ, ਇਹ ਕਾਫੀ ਸਸੰਗੀਆਂ ਦੇ ਸਾਹਮਣੇ ਹਜ਼ੂਰ ਕਿਰਪਾਲ ਦੇ ਨਾਲ ਅੰਦਰ ਦੇ ਉਹਨੇ ਨਜ਼ਾਰੇ ਦੱਸੇ। ਮੈਂ ਸਦਾ ਹੀ ਸੰਤ ਬਾਣੀ ਮੈਗਜ਼ੀਨ ਨੂੰ ਪੜ੍ਹਨ ਵਾਸਤੇ ਪ੍ਰੇਮੀਆਂ ਨੂੰ ਕਹਿੰਦਾ ਹੁੰਦਾ, ਕਿਉਂਕਿ ਉਹਦੇ ਅੰਦਰ ਐਸੇ ਬਹੁਤ ਸਤਸੰਗ ਛਪ ਚੁੱਕੇ ਹੈ, ਸਵਾਲ ਜਵਾਬ ਵੀ ਛਪ ਚੁੱਕੇ ਹੈ। ਔਰ ਮੈਂ ਕਾਫੀ ਕੁਛ ਅਮਰੀਕਾ ਜੋ ਪਿਛਲੇ ਟੂਰ ਤੇ ਗਿਆ ਹੈ ਸੰਤ ਬਾਣੀ ਵਿੱਚ ਅੰਦਰਲੇ ਮੰਡਲਾਂ ਨੂੰ ਬਿਆਨ ਕੀਤਾ ਸੀਗਾ ਛੋਟਾ ਛੋਟਾ ਕਰਕੇ, ਕਿ ਕਿਸ ਤਰ੍ਹਾਂ ਉਸ ਦੀ ਦਇਆ ਤੋਂ ਬਗੈਰ ਅਸੀਂ ਸਤਸੰਗ 'ਚ ਹੀ ਨਹੀਂ ਆ ਸਕਦੇ ਸੀ, ਨਾਮ ਹੀ ਨਹੀਂ ਪ੍ਰਾਪਤ ਕਰ ਸਕਦੇ ਸੀ। ਕਿਸ ਤਰ੍ਹਾਂ ਗੁਰੂ ਨਾਲ ਹੁੰਦਾ ਹੈ, ਐਸੇ ਕਰਮ ਉਹ ਨਾਮਦਾਨ ਦੇ ਵਕਤ ਕੱਟਦਾ ਹੈ ਜਿਹੜੇ ਕਿ ਸਾਨੂੰ ਅੰਦਰ ਜਾਣ ਵਿੱਚ ਵਾਧਾ ਡਾਲਦੇ ਹਨ। ਫਿਰ ਜਿਸ ਤਰ੍ਹਾਂ ਅਸੀਂ ਤਰੱਕੀ ਕਰਦੇ ਜਾਂਦੇ ਹਾਂ, ਕਿਉਂਕਿ ਜਦੋਂ ਅਸੀਂ ਆਪਣੇ ਖਿਆਲ ਨੂੰ ਤੀਸਰੇ ਤਿਲ 'ਤੇ ਇਕਾਗਰ ਕਰਦੇ ਹਾਂ, ਸਾਨੂੰ ਜਿਸ ਗੁਰੂ ਨੇ ਨਾਮ ਦਿੱਤਾ ਸ਼ਬਦ ਰੂਪ, ਉਹ ਸਾਥੋਂ ਪਹਿਲਾਂ ਇੱਥੇ ਖੜਾ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਉੱਪਰਲੇ ਮੰਡਲਾਂ 'ਚ ਜਾਂਦੇ ਹਾਂ, ਉਵੇਂ ਉਵੇਂ ਉਹ ਸਾਡੀ ਆਤਮਾ ਨੂੰ ਕਰਮਾਂ ਦੇ ਬੋਝੇ ਤੋਂ ਹਲਕੀ ਕਰਦਾ ਜਾਂਦਾ ਹੈ। ਮੈਂ ਬਹੁਤ ਸਾਰਾ ਇਹ ਵੀ ਦੱਸਿਆ ਸੀਗਾ ਕਿ ਕਿਤਨਾ ਅਰਸਾ, ਵੱਧ ਤੋਂ ਵੱਧ ਅਰਸਾ ਤ੍ਰਿਕੁਟੀ ਵਿੱਚ ਰਹਿ ਕੇ ਅਭਿਆਸ ਕਰਨਾ ਪੈਂਦਾ ਹੈ, ਕਿਉਂਕਿ ਉੱਥੇ ਸੰਚਿਤ ਕਰਮਾਂ ਦਾ ਜੋ ਖਜ਼ਾਨਾ ਹੁੰਦਾ ਹੈ ਉਹ ਜਮ੍ਹਾਂ ਹੁੰਦਾ ਹੈ। ਉੱਥੇ ਸਾਡੇ ਆਤਮਾ ਸਾਫ਼ ਹੋ ਜਾਂਦੀ ਹੈ, ਜਿਸ ਤਰ੍ਹਾਂ ਥ੍ਰੈਸ਼ਰ ਦੇ ਅੰਦਰ ਆਪਾਂ ਕਣਕ ਨਿਕਾਲਦੇ ਹਾਂ, ਤੂੜੀ ਇੱਕ ਪਾਸੇ ਹੋ ਜਾਂਦੀ ਹੈ, ਦਾਣੇ ਇੱਕ ਪਾਸੇ ਹੋ ਜਾਂਦੇ ਹੈ। ਇਸੇ ਤਰ੍ਹਾਂ ਬੁਰੇ ਕਰਮਾਂ ਦਾ ਅਸਰ ਆਤਮਾ ਤੋਂ ਉੱਤਰ ਜਾਂਦਾ ਹੈ ਔਰ ਸਾਡੀ ਆਤਮਾ ਉੱਪਰ ਕਾਰਨ ਮੰਡਲ ਦੇ ਵਿੱਚ ਫੇਰ ਹੀ ਦਾਖਲ ਹੁੰਦੀ ਹੈ। ਅਸੀਂ ਅੰਦਰਲੇ ਮੰਡਲਾਂ ਦੇ ਬਿਲਕੁਲ ਨਾਵਾਕਫ ਹੁੰਦੇ ਹਾਂ। ਅਗਰ ਗੁਰੂ ਸਾਥ ਸੰਤ ਨਾ ਹੋਣ, ਅਸੀਂ ਕਦਮ ਵੀ ਅੰਦਰ ਨਹੀਂ ਜਾ ਸਕਦੇ ਗੇ। ਇਹ ਕਹਿਣ ਦੀ ਬਾਤ ਨਹੀਂ, ਬਿਆਨ ਨਹੀਂ ਇਸ ਨੂੰ ਕਰਿਆ ਜਾ ਸਕਦਾ। ਜਿਵੇਂ ਜਿਵੇਂ ਅਸੀਂ ਸੂਖਸ਼ਮ ਮਹਾਂਸੂਖਸ਼ਮ ਹੁੰਦੇ ਉੱਪਰਲੇ ਮੰਡਲਾਂ ਨੂੰ ਜਾਂਦੇ ਹਾਂ, ਖੁਦ ਹੀ ਅਸੀਂ ਅੱਖਾਂ ਦੇ ਨਾਲ ਦੇਖਦੇ ਜਾਂਦੇ ਹਾਂ, ਜਦ ਤੱਕ ਅਸੀਂ ਸੱਚਖੰਡ ਦੇ ਵਿੱਚ ਪਹੁੰਚ ਨਹੀਂ ਜਾਂਦੇ ਜਿੱਥੋਂ ਕਿ ਸਾਡੀ ਆਤਮਾ ਸ਼ੁਰੂ 'ਚੋਂ ਆਈ ਹੈ। ਸੰਤ ਕਦੇ ਵੀ ਸਾਡਾ ਸਾਥ ਨਹੀਂ ਛੱਡਦੇਗੇ, ਔਰ ਉੱਥੇ ਵੀ ਉਸ ਮਾਲਕ ਪਰਮਾਤਮਾ ਦੇ ਅੱਗੇ ਇਸ ਆਤਮਾ ਨੂੰ ਖੜੀ ਕਰਕੇ ਇਹੀ ਕਹਿੰਦੇ ਹੈ, ਪਰਮਾਤਮਾ ਅੱਗੇ ਅਰਦਾਸ ਕਰਦੇ ਹੈ ਕਿ ਇਹ ਤੇਰਾ ਜੀਵ ਹੈ, ਭੁੱਲ ਗਿਆ ਸੀਗਾ, ਮਾਫ਼ੀ ਲੈਣ ਵਾਸਤੇ ਆਇਆ ਹੈ। ਸਵਾਮੀ ਜੀ ਮਹਾਰਾਜ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਜਿੰਦੇ ਜੀ
ਇਸ ਨੂੰ ਪ੍ਰੈਕਟੀਕਲ ਕਰਨਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਮਸਲਾ ਹੱਲ ਕਰਨਾ ਚਾਹੁੰਦੇ ਹੋ, ਇਹ ਤੁਹਾਡੀ ਬਹਾਦਰੀ ਹੈ। ਲੇਕਿਨ ਅੰਦਰ ਸਭ ਤੋਂ ਪਹਿਲਾਂ ਜਾਣ ਵਾਸਤੇ ਗੁਰੂ ਦੀ ਦਇਆ ਨੂੰ ਪ੍ਰਾਪਤ ਕਰੋ। ਅੱਜ ਆਪਾਂ ਸੰਗਤ ਦੇ ਵਿੱਚ ਆਪੋ ਆਪਣੀ ਕਮਾਈ ਦੇ ਮੁਤਾਬਕ ਹੀ ਭਰੋਸਾ ਬੰਨੀ ਬੈਠੇ ਹਾਂ, ਸ਼ਰਧਾ ਬਣਾਈ ਬੈਠੇ ਹਾਂ। ਜਿਨ੍ਹਾਂ ਦੀ ਜ਼ਿਆਦਾ ਕਮਾਈ ਹੈ ਉਹਨਾਂ ਦੀ ਜ਼ਿਆਦਾ ਸ਼ਰਧਾ ਬਣ ਜਾਂਦੀ ਹੈ, ਕਿਉਂਕਿ ਉਹ ਥੋੜ੍ਹੀ ਬਹੁਤੀ ਸਚਿਆਈ ਨੂੰ ਦੇਖਦੇ ਰਹਿੰਦੇ ਹੈ ਔਰ ਉਸੇ ਐਤਵਾਰ ਲਿਆਉਂਦੇ ਰਹਿੰਦੇ ਹੈ। ਉਹ ਨੁਕਸ ਮੈਂ ਦੱਸਦਾ ਹੁੰਦਾ ਕਿ ਸੱਚਖੰਡ ਪਹੁੰਚ ਕੇ ਵੀ ਗੁਰੂ 'ਚ ਨੁਕਸ ਨਹੀਂ ਕੱਢਦੇ, ਬਲਕਿ ਉੱਥੇ ਜਾ ਕੇ ਰਿਣੀ ਹੋ ਜਾਂਦੇ ਆ, ਸਚਿਆਈ ਦਾ ਗਿਆਨ ਹੋ ਜਾਂਦਾ ਹੈ। ਜਿੰਨਾ ਚਿਕਰ ਅਸੀਂ ਬਾਹਰ ਬੈਠੇ ਹਾਂ ਉਹਨਾਂ ਚਿਕਰ ਕਈ ਦਫ਼ਾ ਮਨ ਭਾਉ ਲਿਆ ਦਿੰਦਾ ਹੈ, ਖੁਸ਼ ਕਰ ਦਿੰਦਾ ਹੈ। ਪਿਆਰਿਓ, ਮੇਰਾ ਇੰਨਾ ਕੁਛ ਤੁਹਾਨੂੰ ਦੱਸਣ ਦਾ ਇਹ ਭਾਵ ਹੈ ਕਿ ਸਭ ਸੰਤ ਇਹ ਬਿਤਾਉਂਦੇ ਗਏ ਕਿ ਇਹ ਸੰਸਾਰ ਕਰਮ ਭੂਮੀ ਹੈ ਔਰ ਕਰਮ ਭੋਗਣ ਵਾਸਤੇ ਹੀ ਸਾਨੂੰ ਇਹ ਸਰੀਰ ਮਿਲਦਾ ਹੈ ਔਰ ਇਸ ਦੇ ਵਿੱਚ ਬੈਠ ਕੇ ਅਸੀਂ ਆਪਣੇ ਚੰਗੇ ਔਰ ਮਾੜੇ ਕਰਮ ਹੀ ਭੋਗ ਰਹੇ ਹਾਂ। ਗੀਤਾ ਦੇ ਅੰਦਰ ਕ੍ਰਿਸ਼ਨ ਨੇ ਅਰਜਨ ਨੂੰ ਬਤਾਇਆ ਸੀ ਕਿ ਨਾ ਚੰਗੇ ਕਰਮ ਦੇ ਬੰਧਨਾਂ 'ਚ ਛੁਡਾ ਸਕਦੇ ਹੈ, ਨਾ ਮਾੜੇ ਹੀ ਛੁਡਾ ਸਕਦੇ ਹੈ। ਮਾੜੇ ਕਰਮ ਉਹਨਾਂ ਨੇ ਲੋਹੇ ਦੀਆਂ ਬੇੜੀਆਂ ਦੱਸਿਆ ਔਰ ਚੰਗੇ ਕਰਮ ਸੋਨੇ ਦੀਆਂ ਬੇੜੀਆਂ ਕਰਕੇ ਬਿਆਨ ਕੀਤਾ ਹੈ। ਬੇੜੀ ਉਹ ਕਹਿੰਦੇ ਆਖਰ ਬੇੜੀ ਹੁੰਦੀ ਹੈ, ਸੋ ਮੁਕਤੀ ਨਾਮ ਵਿੱਚ ਹੈ। ਗੁਰੂ ਨਾਨਕ ਕਹਿੰਦੇ ਹੈ, ਦੱਦਾ ਦੋਸ਼ ਨਾ ਦੀਜੈ ਕਾਹੂ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸ਼ਰਧਾ ਪਿਆਰ ਦੇ ਨਾਲ ਦੱਸੇ ਹੋਏ ਸੰਤਾਂ ਦੇ ਰਸਤੇ ਦੇ ਮੁਤਾਬਕ, ਜੁਗਤੀ ਦੇ ਮੁਤਾਬਕ ਕਮਾਈ ਕਰੀਏ, ਅੰਦਰ ਜਾਈਏ, ਤਾਂ ਕਿ ਇਸ ਕਰਮਾਂ ਦੀ ਕੈਦ 'ਚੋਂ ਅਸੀਂ ਜਿੰਦੇ ਜੀ ਉੱਪਰ ਉੱਠੀਏ ਔਰ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।